ਤੁਸੀਂ ਦੇਖ ਰਹੇ ਹੋ ਜੀ ਇਸ ਵੇਲੇ ਪ੍ਰਾਈਮ ਏਸ਼ੀਆ ਟੀ ਵੀ, ਮੈਂ ਹਾਂ ਗੁਰਪ੍ਰੀਤ ਸੰਧਾਵਾਲੀਆ ਅਤੇ ਇਸ ਪ੍ਰੋਗਰਾਮ ਪ੍ਰਾਈਮ ਪੋਲੀਟਿਕਸ ਦੇ ਵਿੱਚ ਅਸੀਂ ਰਾਜਨੇਤਾਵਾਂ ਦੇ ਨਾਲ ਤੁਹਾਡੀ ਮੁਲਾਕਾਤ ਕਰਵਾਉਂਦੇ ਹਾਂ। ਸਾਡੀ ਕੋਸ਼ਿਸ਼ ਇਹ ਹੁੰਦੀ ਹੈ ਕਿ ਵੀ ਬਹੁਤ ਸਾਰੇ ਸਵਾਲ, ਬਹੁਤ ਸਾਰੇ ਵਹਿਮ ਭਰਮ, ਬਹੁਤ ਸਾਰੀਆਂ ਅਫਵਾਹਾਂ ਸਮਾਜ ਦੇ ਵਿੱਚ ਕਈ ਮੁੱਦਿਆਂ ਨੂੰ ਲੈ ਕੇ ਫੈਲ ਜਾਂਦੀਆਂ, ਉਹਨਾਂ ਨੂੰ ਕਿਉਂ ਨਾ ਆਪਾਂ ਜਿਹੜੀ ਫਾਈਨਲ ਅਥਾਰਟੀ ਹੈ ਉਹਦੇ ਤੋਂ ਕਲੀਅਰ ਕਰਵਾ ਦਈਏ। ਇਸ ਵਕਤ ਜੇ ਦੁਨੀਆ ਭਰ ਦੀ ਗੱਲ ਕਰੀਏ ਤਾਂ ਜਿਹੜਾ ਕਰੋਨਾ ਹੈ ਉਹਦੀ ਮਹਾਂਮਾਰੀ ਦਾ ਕਰਕੇ ਹਰ ਪਾਸੇ ਕਈ ਤਰ੍ਹਾਂ ਦੇ ਸ਼ੰਕੇ ਨੇ, ਸ਼ੁਬੇ ਨੇ, ਅਫਵਾਹਾਂ ਨੇ। ਉਸ ਰੌਲੇ ਰੱਪੇ ਦੇ ਵਿੱਚ ਇੱਕ ਬੰਦੇ ਨੂੰ ਇਹ ਨਹੀਂ ਪਤਾ ਲੱਗਦਾ ਕਿ ਸਹੀ ਇਨਫੋਰਮੇਸ਼ਨ ਕੀ ਆ, ਅਥੈਂਟਿਕ ਇਨਫੋਰਮੇਸ਼ਨ ਕੀ ਆ, ਕਿਉਂਕਿ ਇਹਦੇ ਵਿੱਚ ਹੁਣ ਪਹਿਲਾਂ ਤਾਂ ਸਿਰਫ ਇੱਕ ਬਿਮਾਰੀ ਸੀ, ਅੱਜ ਕੱਲ੍ਹ ਇਹਦੇ ਵਿੱਚ ਰਾਜਨੀਤੀ ਦਾ ਟੀਕਾ ਵੀ ਲੱਗਣ ਲੱਗ ਪਿਆ। ਸੋ ਉਹ ਸਾਰੀਆਂ ਚੀਜ਼ਾਂ ਨੂੰ ਕਲੀਅਰ ਕਰਨ ਦੇ ਲਈ ਅੱਜ ਪੰਜਾਬ ਦੇ ਜਿਹੜੇ ਸਿਹਤ ਮੰਤਰੀ ਅਤੇ ਪਰਿਵਾਰ ਭਲਾਈ ਮੰਤਰੀ ਨੇ ਸਰਦਾਰ ਬਲਬੀਰ ਸਿੰਘ ਸਿੱਧੂ ਸਾਹਿਬ, ਅਸੀਂ ਬੇਨਤੀ ਕੀਤੀ ਉਹਨਾਂ ਨੂੰ ਸਟੂਡੀਓ 'ਚ ਆਏ ਨੇ। ਸੋ ਮੈਂ ਕੋਸ਼ਿਸ਼ ਕਰੂੰਗਾ ਕਿ ਜਿੰਨੇ ਕੋਈ ਸਵਾਲ ਤੁਹਾਡੇ ਨੇ ਮੇਰੇ ਤੱਕ ਪਹੁੰਚੇ ਪਿਛਲੇ ਸਮੇਂ ਦੌਰਾਨ, ਆਪਾਂ ਸਾਰੇ ਪੁੱਛ ਲਈਏ ਤਾਂ ਜੋ ਆਪਾਂ ਨੂੰ ਇਹ ਬਿਲਕੁਲ ਸਹੀ ਇਨਫੋਰਮੇਸ਼ਨ ਮਿਲੇ ਕਿ ਅਸਲ ਦੇ ਵਿੱਚ ਹੈ ਕੀ, ਚੱਲ ਕੀ ਰਿਹਾ ਅਤੇ ਪੰਜਾਬ ਸਰਕਾਰ ਕਰ ਕੀ ਰਹੀ ਹੈ। ਸਿੱਧੂ ਸਾਹਿਬ ਬਹੁਤ ਬਹੁਤ ਸਵਾਗਤ ਜੀ ਤੁਹਾਡਾ। ਥੈਂਕ ਯੂ, ਮਿਹਰਬਾਨੀ। ਅਤੇ ਸਿੱਧੂ ਸਾਹਿਬ ਮੈਂ ਸਭ ਤੋਂ ਪਹਿਲਾਂ ਜਿਹੜੀ ਗੱਲ ਪੁੱਛਣੀ ਚਾਹੁੰਦਾ ਉਹ ਤਾਂ ਇਹ ਪੁੱਛਣੀ ਚਾਹੁੰਦਾ ਕਿ ਵੀ ਇਸ ਵਕਤ ਜਿਹੜਾ ਪੰਜਾਬ ਦੇ ਵਿੱਚ ਹਫ਼ਤਾ ਚੱਲ ਰਿਹਾ ਇਹਦੇ ਬਾਰੇ ਅਜੇ ਕੈਪਟਨ ਸਾਹਿਬ ਨੇ ਅੱਜ ਹੀ ਕਿਹਾ ਕਿ ਵੀ ਇਹਦੇ ਤੋਂ ਬਾਅਦ ਜਿਹੜੇ ਆਉਣ ਵਾਲੇ ਦੋ ਹਫ਼ਤੇ ਆ ਉਹ ਬਹੁਤ ਤੰਗ ਕਰਨ ਵਾਲੇ। ਅਤੇ ਜਦੋਂ ਆਪਾਂ ਆਹ ਗੱਲ ਸੁਣਦੇ ਹਾਂ ਉਹ ਵੀ ਮੁੱਖ ਮੰਤਰੀ ਸਾਹਿਬ ਦੇ ਮੂੰਹੋਂ, ਅਤੇ ਫਿਰ ਜਿਹੜਾ ਬੰਦਾ ਥੱਲੇ ਵਿਚਾਰਾ ਵੱਸਦਾ ਉਹਦਾ ਤੇ ਤਰਾਜ ਨਿਕਲ ਜਾਂਦਾ। ਤੁਸੀਂ ਥੋੜ੍ਹਾ ਜਿਹਾ ਸਮਝਾਓ ਕਿ ਕੀ ਸਿਚੁਏਸ਼ਨ ਹੈ ਇਸ ਵਕਤ। ਐਕਚੁਅਲੀ ਕੀ ਹੈ ਕਿ ਵੀ ਇਹ ਸ਼ੁਰੂ ਤੋਂ ਹੀ ਸੀਗਾ ਕਿ ਵੀ ਜਿਹੜਾ ਇਹਦੀ ਪੀਕ ਹੈ, ਜਿਹੜੀ ਪ੍ਰੈਡਿਕਸ਼ਨ ਸੀਗੀ ਵੀ ਸਤੰਬਰ 'ਚ, ਮਿਡ ਸਤੰਬਰ 'ਚ ਬਹੁਤ ਹਾਈਫਾਈ ਹੋ ਜਾਏਗੀ, ਜਿਹੜੀ ਹਾਈ ਰਿਸਕ 'ਤੇ ਹੋ ਜਾਏਗੀ, ਔਰ ਉਹੀ ਚੀਜ਼ ਅੱਗੇ ਵੱਧ ਰਹੀ ਆ ਜੀ। ਵੈਸੇ ਪੰਜਾਬ ਕਿਸੇ ਟਾਈਮ ਬਹੁਤ ਕੰਟਰੋਲ ਸੀਗਾ ਅਤੇ ਬਹੁਤ ਅਸੀਂ ਇਹਨੂੰ ਕੰਟਰੋਲ ਕੀਤਾ। ਸਾਡੇ ਸੀ ਐੱਮ ਸਾਹਿਬ ਨੇ ਬੜੀ ਵਧੀਆ ਮੋਨੀਟਰਿੰਗ ਕੀਤੀ, ਸਾਰੀ ਟੀਮਾਂ, ਸਾਰੀਆਂ ਮੈਡੀਕਲ ਟੀਮਾਂ, ਸਾਡੇ ਪ੍ਰਸ਼ਾਸਨ ਨੇ ਬੜਾ ਜ਼ੋਰ ਲਾਇਆ ਸੀ। ਬਿਲਕੁਲ ਸਹੀ। ਪਰ ਜਦੋਂ ਤੋਂ ਸਾਰਾ ਕੁਛ ਖੁੱਲ੍ਹ ਗਿਆ ਹਿੰਦੁਸਤਾਨ ਦਾ, ਲੋਕਡਾਊਨ ਖਤਮ ਹੋ ਗਿਆ ਸਾਰੇ ਸਟੇਟਾਂ ਦਾ, ਜਾਂ ਬਾਹਰਲੇ ਮੁਲਕਾਂ ਦੇ ਫਲਾਈਟਾਂ ਆਉਣੀਆਂ ਸ਼ੁਰੂ ਹੋ ਗਈਆਂ ਜੀ, ਉਦੋਂ ਬਾਅਦ ਇਹ ਹੌਲੀ ਹੌਲੀ ਸਾਡੇ ਇੱਥੇ ਮਾਈਗ੍ਰੇਟ ਹੋ ਕੇ ਆ ਗਿਆ, ਅਤੇ ਉਹਦੇ ਨਾਲ ਟਰੈਵਲ ਹੋਣ ਕੇ ਆਉਣ ਨਾਲ ਸਾਡੇ ਇਸ ਇਲਾਕੇ 'ਚ ਵੀ ਕਾਫ਼ੀ, ਜਿਹੜੇ ਸਾਡੇ ਵੱਡੇ ਸ਼ਹਿਰ ਖਾਸ ਕਰਕੇ ਜਿਹੜੇ ਮੈਂ ਕਹਿੰਦਾ ਜਿਵੇਂ ਤੁਹਾਡਾ ਜਲੰਧਰ ਹੋ ਗਿਆ, ਲੁਧਿਆਣਾ ਹੋ ਗਿਆ, ਅੰਮ੍ਰਿਤਸਰ ਹੋ ਗਿਆ, ਪਟਿਆਲਾ ਹੋ ਗਿਆ, ਮੋਹਾਲੀ ਹੋ ਗਿਆ, ਇਹ ਪੰਜ ਛੇ ਵੱਡੇ ਸ਼ਹਿਰਾਂ ਦੇ ਵਿੱਚ ਬਹੁਤ ਜ਼ਿਆਦਾ ਇਹ ਜਿਹੜਾ ਇਹਦੀ ਮਾਰ ਪਈ ਆ ਮਹਾਂਮਾਰੀ ਦੀ, ਕਿਉਂਕਿ ਇੱਥੇ ਤਕਰੀਬਨ ਟਰੈਵਲਿੰਗ ਬਹੁਤ ਹੈ ਜੀ, ਫੁੱਟਫਾਲ ਬਹੁਤ ਹੈਗੀ ਆ, ਬਾਹਰਲੇ ਮੁਲਕਾਂ ਤੋਂ ਵੀ, ਬਾਹਰਲੀਆਂ ਸਟੇਟਾਂ ਤੋਂ ਵੀ, ਇੰਡਸਟਰੀ ਵੀ ਇੱਥੇ ਹੈਗੀ ਆ, ਅਤੇ ਪਲੱਸ ਲੋਕਾਂ ਦੇ ਆਵਾਜਾਈ ਵੀ ਕਾਫ਼ੀ ਹੈਗੀ ਹੈ। ਉਹਦੇ ਕਰਕੇ ਜਿਹੜਾ ਇਹ ਸਾਡਾ ਉਦੋਂ ਤਾਂ ਅਸੀਂ ਹੌਲੀ ਹੌਲੀ ਇਹ ਕਹਿੰਦੇ ਸੀ, ਅਸੀਂ ਪਹਿਲਾਂ ਕਰਫਿਊ ਲਾ ਤਾ ਪੰਜਾਬ ਦੇ ਵਿੱਚ, ਪਰ ਉਦੋਂ ਇਹ ਸੀਗਾ ਕਿ ਗੁਰਪ੍ਰੀਤ ਜੀ ਕਿ ਸਾਡੇ ਕੋਲ ਜਿਹੜਾ ਟੈਸਟਿੰਗ ਕਰਨ ਦਾ ਜਿਹੜਾ ਸਾਡਾ ਜਿੰਨਾ ਕੁ ਸਾਡਾ ਸਿਸਟਮ ਸੀਗਾ ਉਹ ਬੜਾ ਛੋਟਾ ਸੀਗਾ ਜੀ, ਪਤਾ ਹੀ ਨਹੀਂ ਸੀ ਪਹਿਲਾਂ, ਪਤਾ ਹੀ ਨਹੀਂ ਆ ਵੀ ਕਿਸੇ ਵਾਰਡ ਲੈਵਲ 'ਤੇ ਕਿਸੇ ਕੰਟਰੀ ਨੂੰ ਪਤਾ ਨਹੀਂ ਸੀ ਇਹ ਇੱਕ ਐਸੀ ਮਹਾਂਮਾਰੀ ਆਊ ਜਿਹੜੀ ਕਿ ਪੂਰੇ ਵਾਰਡ ਦੇ ਵਿੱਚ ਇਸ ਤਰ੍ਹਾਂ ਸਪਰੈਡ ਕਰ ਜੂਗੀ ਜੀ, ਅਤੇ ਕੋਈ ਕੰਟਰੀ ਇਹਦੇ ਤੋਂ ਬਚੇਗਾ ਨਹੀਂ ਜੀ। ਅਤੇ ਉਦੋਂ ਅਸੀਂ ਜਿਹੜਾ 1000-1200 ਦੀ ਟੈਸਟਾਂ ਦੀ ਕਪੈਸਿਟੀ ਸੀ ਪਰ ਡੇ ਦੀ, ਪੂਰਾ ਜ਼ੋਰ ਲਾ ਕੇ ਸਾਰੀਆਂ ਸਾਡੀਆਂ ਲੈਬ ਜਿਹੜੀਆਂ ਸੀਗੀਆਂ, 3 ਮੈਡੀਕਲ ਕਾਲਜ ਦੀਆਂ, ਹੋਰ ਉਦੋਂ ਅਸੀਂ ਇੱਕ ਸੈਂਪਲ ਇੱਥੋਂ ਲੈਂਦੇ, ਸੈਂਪਲ ਲੈ ਕੇ ਇੱਥੋਂ ਪੂਨੇ ਜਾਂਦਾ ਸੀ। ਅੱਛਾ ਜੀ, ਸਟਾਰਟਿੰਗ 'ਚ ਮਾਰਚ ਦੀ ਗੱਲ ਕਰਦੇ ਆਪਾਂ, ਹਾਂ ਮਾਰਚ ਦੀ ਗੱਲ ਕਰਦੇ ਹਾਂ ਜੀ ਜੀ, ਅਤੇ ਪੂਨੇ ਤੋਂ ਸੈਂਪਲ 2-3-4 ਦਿਨ ਵਾਪਸ ਆਉਂਦਾ ਸੀ। ਪਰ ਸਾਡੀ ਸੀ ਐੱਮ ਸਾਹਿਬ ਨੇ ਇਸ ਗੱਲ ਨੂੰ ਬੜਾ ਸੀਰੀਅਸਲੀ ਲਿਆ, ਅਸੀਂ ਆਪਣਾ ਜਿਹੜਾ ਇਨਫਰਾਸਟ੍ਰਕਚਰ ਸੀ ਜਿਤਨਾ ਉਹਨੂੰ ਇੰਨਾ ਅਸੀਂ ਐਕਸਪੈਂਡ ਕੀਤਾ ਕਿ ਅੱਜ ਅਸੀਂ 28,000 ਜਿਹੜੇ ਪਰ ਡੇ ਦੇ ਟੈਸਟ ਕਰਨ ਦੀ ਕਪੈਸਿਟੀ 'ਚ ਹੋ ਗਏ ਹਾਂ। ਅੱਛਾ ਜੀ, 1200 ਤੋਂ 28,000 'ਤੇ ਹੋ ਗਏ, 28,000 ਪਰ ਡੇ। ਹੁਣ ਵੀ ਪੁਣੇ ਜਾਂਦਾ ਜੀ ਸੈਂਪਲ ਜਾਂ ਆਪਾਂ ਹੁਣ ਇੱਕ ਲੋਕਲ ਨਹੀਂ, ਹੁਣ ਸਾਡੇ ਲੋਕਲ ਲੈਬ ਬਹੁਤ ਹੋ ਗਈਆਂ ਨਾ ਜੀ ਜੀ, ਦੇਖੋ 3 ਤਾਂ ਆਪਣੇ ਹੋਸਪਿਟਲ ਵੱਡੇ ਮੈਡੀਕਲ ਕਾਲਜ ਹੋ ਗਏ, ਬਿਲਕੁਲ ਸਹੀ, 2 ਮੋਹਾਲੀ 'ਚ ਆਪਣੀਆਂ ਸਰਕਾਰੀ ਲੈਬ ਹੋਰ ਆ ਗਈਆਂ ਜੀ ਜੀ ਜੀ, ਫਿਰ ਪੀ ਜੀ ਵੀ ਆਪਣੇ ਕੋਲ ਨਾਲ ਕੁਛ ਸ਼ੇਅਰ, ਆਪਣਾ ਪੀ ਜੀ ਵੀ ਹੈਗਾ, 1-39 ਸੈਕਟਰ ਹੈਗੀ ਉੱਥੇ ਵੀ ਆਪਣਾ ਹੈਗਾ, ਫਿਰ ਤੁਹਾਡੇ ਆਰ ਡੀ ਐਲ ਜਿਹੜੀ ਇੱਥੇ ਹੈਗੀ ਆ ਆਪਣੇ ਜਲੰਧਰ ਦੇ ਵਿੱਚ, ਇੱਥੇ ਵੀ ਹੈਗਾ, ਫਿਰ ਲੁਧਿਆਣੇ ਜਿੱਤਾ ਜਿਹੜਾ ਆਪਣਾ ਗੁਰੂ ਅੰਗਦ ਦੇਵ ਯੂਨੀਵਰਸਿਟੀ ਆ ਉਹਦੇ ਵਿੱਚ ਵੀ ਇੱਕ ਸਾਡੀ ਲੈਬ ਹੈਗੀ ਆ, ਉਹਨੇ ਵੀ ਸ਼ੁਰੂ ਕਰਤਾ ਹੈਗਾ, ਜਾਣੀ ਹੁਣ ਸਾਡੇ ਤਕਰੀਬਨ 8-10 ਜਿਹੜੇ ਕਾਊਂਟਰ ਨੇ ਉਹਦਾ ਸਰਕਾਰੀ ਹੋ ਗਏ ਨੇ, ਬਿਲਕੁਲ ਸਹੀ, ਬਾਕੀ ਜਿਹੜੀਆਂ ਆਈ ਸੀ ਐੱਮ ਆਰ ਤੋਂ ਅਪਰੂਵਡ ਹੈਗੀਆਂ ਨੇ ਪ੍ਰਾਈਵੇਟ ਲੈਬਸ ਹੈਗੀਆਂ, ਜਿਵੇਂ ਟੀ ਐੱਮ ਸੀ ਵਾਲਿਆਂ ਨੇ ਵੀ ਆਪਣੀ ਹੈਗੀ ਆ, ਸੀ ਐੱਮ ਸੀ ਕੋਲ ਵੀ ਲਾਇਸੈਂਸ ਹੈਗਾ, ਇਹ ਸਾਰੀਆਂ ਵੀ ਕਰ ਰਹੀਆਂ ਨੇ, ਅਤੇ ਉਹ ਹੁਣ ਜਾਣੀ ਕਿ 28,000 ਪਰ ਡੇ ਜਿਹੜਾ ਸਰਕਾਰੀ ਸਿਸਟਮ ਦੇ ਵਿੱਚ ਹੈਗਾ, ਬਾਕੀ ਜਿਹੜਾ ਪ੍ਰਾਈਵੇਟ ਉਹ ਵੱਖਰਾ ਕਰਦੇ ਹੈਗੇ ਨੇ, ਬਿਲਕੁਲ ਸਹੀ। ਅਤੇ ਉਹਦੇ ਨਾਲ ਕੀ ਕਿ ਅਸੀਂ ਕਾਫ਼ੀ ਇਹਨੂੰ ਐਕਸਪੈਂਡ ਕੀਤਾ, ਲੇਕਿਨ ਇਹ ਜਿਹੜੀ ਬਿਮਾਰੀ ਹੈ ਇਹ ਸੁਸਾਇਡ ਦੀ ਬਿਮਾਰੀ ਆ, ਜਦੋਂ ਕਿਸੇ ਬੰਦੇ ਨੇ ਇੱਕ ਵਾਰੀ ਟੱਚ ਕਰ ਗਈ ਤਾਂ ਮੈਂ ਤੁਹਾਡੇ ਇੱਥੇ ਆਇਆ ਤਾਂ ਮੈਂ ਹੱਥ ਰੱਖ ਕੇ ਦੇ ਅਤੇ ਤੁਹਾਨੂੰ ਮੁੜ ਕੇ ਇਹਦੇ ਨਾਲ ਜਿਹੜਾ ਪਕੜ ਲੈਣਾ। ਅੱਛਾ, ਸ਼ੁਰੂ 'ਚ ਕੀ ਸੀਗਾ ਕਿ ਵੀ ਸਾਨੂੰ ਵੀ ਇਹ ਇੰਨਾ ਅਹਿਸਾਸ ਨਹੀਂ ਸੀ ਕਿ ਵੀ ਜਿਹੜੀ ਮਾਈਲਡ ਆ ਉਹਨੂੰ ਅਸੀਂ ਘਰੇ ਠੀਕ ਕਰ ਸਕਦੇ ਹਾਂ, ਉਦੋਂ ਡਰ ਸੀ ਇੱਕ ਬਹੁਤ ਵੱਡਾ, ਪੈਨਿਕ ਸੀਗਾ ਇਸ ਗੱਲ ਦਾ।
ਸ਼ੁਰੂ ਜਦੋਂ ਸਭ ਤੋਂ ਪਹਿਲਾਂ ਜਿਹੜੀ ਆਪਣੇ ਡੈਥ ਹੁੰਦੀ ਆ ਨਵੇਂ ਸ਼ਹਿਰ ਦੇ ਵਿੱਚ, ਸਰ ਬਲਦੇਵ ਸਿੰਘ ਪਠਲਾਵਾ ਜਿਹੜੇ ਸੀਗੇ, ਰਾਗੀ ਸਿੰਘ ਸੀਗੇ ਵਿਚਾਰੇ, ਉਹਦੇ ਨਾਲ ਸਾ ਹਰੀ ਸਿੰਘ ਸੀ ਸ਼ਾਇਦ ਉਹਨਾਂ ਦੇ ਨਾਲ ਜਿਹੜੇ ਸੀ, ਹਾਂ ਜੀ। ਉਸ ਤੋਂ ਬਾਅਦ ਜਾਣੀ ਕਿ ਇਹ ਕੰਮ ਸਟਾਰਟ ਹੋਇਆ, ਫਿਰ ਸਰ ਨਿਰਮਲ ਸਿੰਘ, ਭਾਈ ਨਿਰਮਲ ਸਿੰਘ ਖਾਲਸਾ ਵਗੈਰਾ ਇਹ ਸਾਰੇ ਜਿਹੜੇ ਹੋਏ ਨੇ। ਪਰ ਸਰਕਾਰ ਨੇ ਇਸ ਗੱਲ ਨੂੰ ਬੜਾ ਸੀਰੀਅਸਲੀ ਲਿਆ ਕਿ ਸਾਡੀ ਪਹਿਲੀ ਪ੍ਰਾਇਰਟੀ ਹੈ ਲੋਕਾਂ ਦੀ ਜਾਨ ਬਚਾਉਣੀ ਹੈ। ਬਿਲਕੁਲ, ਉਹਦੇ ਕਹਿੰਦਾ ਸੀ ਉਸ ਕਾਮਯਾਬ ਹੋਏ। ਇੱਕ ਵਾਰ ਇੱਦਾਂ ਹੋ ਗਿਆ ਸੀ ਕਿ ਸਾਡੇ ਕੋਲ ਜਿਹੜੀ ਗਿਣਤੀ ਸੀਗੀ ਉਹ ਸਾਰੀ ਹੋਈ 25-30 ਜਾਂ 50 ਦੀ ਰਹਿ ਗਈ ਸੀ ਜੀ, ਜਿਹੜੇ ਐਕਟਿਵ ਕੇਸ ਸੀ ਜੀ 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 ਜੀ। ਪਰ ਜਦੋਂ ਖੁੱਲ੍ਹਿਆ ਉਸ ਤੋਂ ਬਾਅਦ ਇਹ ਵੱਧਦਾ ਗਿਆ, ਲੇਕਿਨ ਕੰਟਰੋਲ ਥੱਲੇ ਰਿਹਾ ਜੀ। ਔਰ ਜਦੋਂ ਬਰਸਾਤ ਤੋਂ ਵਿੱਚ ਹੋਰ ਇਹ ਥੋੜ੍ਹਾ ਇਜਾਫਾ ਹੋ ਗਿਆ, ਕਿਉਂਕਿ ਹਿਊਮਿਡਿਟੀ ਹੋ ਗਈ, ਉਹਦੇ ਨਾਲ ਲੋਕਾਂ ਨੂੰ ਵੀ ਬੜੀ ਪ੍ਰੋਬਲਮ ਆਈ ਹੈ। ਬਿਲਕੁਲ ਸਹੀ, ਨਾਲੇ ਜਦੋਂ ਲੋਕ ਬਹੁਤ ਦੇਰ ਦੇ ਅੰਦਰ ਸੀਗੇ, ਨਿਕਲੇ ਤਾਂ ਹਾਂ ਇੱਕਦਮ ਨਿਕਲੇ, ਅਤੇ ਉਹਨਾਂ ਨੇ ਜਾਣੀ ਕਿ ਉਹਨਾਂ ਕਿਹਾ ਪੰਜਾਬ ਤੋਂ ਆਲਮੋਸਟ ਖਤਮ ਹੋ ਗਿਆ, ਅਤੇ ਲੋਕਾਂ ਨੇ ਉਹ ਪੈਨਿਕ ਜਿਹੜਾ ਸੀ ਚੱਕਤਾ, ਡਰ ਸੀ ਉਹ ਖਤਮ ਕਰਤਾ। ਬਿਲਕੁਲ ਸਹੀ ਗੱਲ, ਉੱਦਾਂ ਹੀ ਉਹਨਾਂ ਨੇ ਭੋਗਾਂ ਦੇ 500 ਬੰਦਾ ਇਕੱਠਾ ਕਰਨਾ ਸ਼ੁਰੂ ਕਰ ਲਿਆ ਜੀ, ਉੱਦਾਂ ਹੀ ਉਹਨਾਂ ਨੇ ਸਾਰੇ ਜਿਹੜੇ ਆਪਣੇ ਰਿਸ਼ਤੇ ਨਾਤੇ ਸੀ ਉਹਦੇ ਕਰਨੇ ਸ਼ੁਰੂ ਕਰ ਲਏ ਜੀ ਜੀ। ਲੇਕਿਨ ਉਹਨਾਂ ਨੂੰ ਇਹ ਪਤਾ ਨਹੀਂ ਸੀ ਵੀ ਅਸੀਂ ਗਲਤ ਕੰਮ ਕਰ ਰਹੇ ਹਾਂ, ਲੇਕਿਨ ਸਰਕਾਰ ਨੇ ਬੜਾ ਕੰਟਰੋਲ ਕਰਕੇ ਰੱਖਿਆ। ਹਾਲ ਤਾਂ ਮੈਰਿਜ ਪੈਲਸ ਰਿਜੋਰਟ ਬੰਦ ਕਰਕੇ ਰੱਖੇ ਜੀ ਜੀ ਜੀ, ਵੱਡੇ ਹੋਟਲ ਬੰਦ ਕਰਕੇ ਰੱਖੇ, ਰੈਸਟੋਰੈਂਟ ਬੰਦ ਕਰਕੇ ਰੱਖੇ, ਲੇਕਿਨ ਕਿੰਨੀ ਦੇਰ ਕਰਦੇ ਬੰਦ? ਅਸੀਂ ਇਕੱਲਾ ਇਹ ਨਹੀਂ ਕਿ ਸਰਕਾਰ ਦੇ ਰੈਵਨਿਊ ਦਾ ਲੋਸ ਹੈਗਾ, ਜਿਹੜੇ ਵਿਚਾਰੇ ਹੈਂਡ ਟੂ ਮਾਊਥ ਸੀਗੇ, ਜਿਹੜੇ ਰੋਜ਼ੀ ਰੋਟੀ ਕਮਾਉਣ ਵਾਲੇ ਬੰਦੇ ਸੀ, ਡੇਲੀ ਰੋਜ਼ੀ ਰੋਟੀ ਕਮਾਉਂਦੇ ਸੀਗੇ, ਉਹ ਬੰਦਿਆਂ ਵਾਸਤੇ ਬਹੁਤ ਔਖਾ ਕੰਮ ਸੀਗਾ। ਸਿੱਧੂ ਸਾਹਿਬ, ਮੈਂ ਮਾਫ਼ੀ ਚਾਹੁੰਦਾ ਤੁਹਾਨੂੰ ਵਿੱਚੋਂ ਟੋਕ ਰਿਹਾ, ਇਹ ਜਿਹੜਾ ਕਰਫਿਊ ਵਾਲਾ ਅਤੇ ਲੋਕਡਾਊਨ ਵਾਲਾ ਕੰਮ ਸੀ, ਇਹ ਇੱਦਾਂ ਕਿਉਂ ਆ ਕਿ ਵੀ ਅੱਜ ਆਪਾਂ ਕੁਛ ਕਹਿੰਦੇ ਹਾਂ, ਦੋ ਦਿਨ ਬਾਅਦ ਫਿਰ ਉਹ ਹਦਾਇਤਾਂ ਬਦਲ ਜਾਂਦੀਆਂ, ਉਹ ਜਦੋਂ ਤੱਕ ਬੰਦੇ ਤੱਕ ਐਂਡ ਤੱਕ, ਈਵਨ ਨਾਕੇ ਵਾਲੇ ਜਿਹੜੇ ਬੰਦੇ ਖੜ੍ਹੇ ਨੇ ਪੁਲਿਸ ਮੁਲਾਜ਼ਮਾਂ ਦੀ ਵੀ ਮੈਂ ਗੱਲ ਕਰਦਾ, ਉਹਨਾਂ ਨੂੰ ਵੀ ਕਈ ਵਾਰ ਜੇ ਕਿਤੇ ਕੋਈ ਟੱਕਰ ਜੇ ਅਤੇ ਇਨਫੋਰਮੇਸ਼ਨ ਉਹਨਾਂ ਨਾਲ ਸਾਂਝੀ ਕਰੀਏ ਤਾਂ ਉਹ ਕਹਿੰਦੇ ਸਾਡੇ ਤੱਕ ਤਾਂ ਜਾ ਹੀ ਨਹੀਂ। ਇਹ ਤੁਹਾਨੂੰ ਨਹੀਂ ਲੱਗਦਾ ਕਿ ਵੀ ਇਨਫੋਰਮੇਸ਼ਨ ਜਿਹੜੀ ਫਲੋ ਕਰਦੀ ਸੀ ਉਹ ਜਦ ਤੱਕ ਥੱਲੇ ਪਹੁੰਚਦੀ ਸੀ ਉਨੀ ਦੇਰ ਤੱਕ ਬਦਲ ਜਾਂਦੀ ਸੀ, ਇਹਦੇ ਨਾਲ ਵੀ ਫਰਕ ਪਿਆ? ਨਹੀਂ, ਉਹਦਾ ਇਹ ਸੀਗਾ ਕਿ ਇੱਕ ਐਕਸਪਰਟ ਕਮੇਟੀ ਬਣੀ ਹੋਈ ਆ ਜੀ, ਡਾਕਟਰ ਤਲਵਾਰ ਪੀਜੀ ਦੇ ਬੜੇ ਵੱਡੇ ਡਾਕਟਰ ਰਹੇ ਨੇ ਜੀ, ਅਤੇ ਉੱਥੋਂ ਦੇ ਡਾਕਟਰ ਵੀ ਰਹੇ ਨੇ ਲੰਬਾ ਸਮਾਂ ਬਾਅਦ 10-12 ਸਾਲ, ਉਹ ਇਹ ਚੀਜ਼ ਨੂੰ ਫੋਲੋ ਕਰਦੇ ਨੇ ਪੂਰੇ ਵਰਲਡ ਲੈਵਲ 'ਤੇ ਜੀ। ਉਹ ਜਦੋਂ ਹਰ ਹਫ਼ਤੇ ਸਾਡੀ ਇੱਕ ਵੀ ਸੀ ਹੁੰਦੀ ਆ ਥਰਸਡੇ ਨੂੰ ਹੁੰਦੀ ਆ ਜੀ, ਉਸ ਵੀ ਸੀ 'ਚ ਜੋ ਜੋ ਚੇਂਜ ਆਉਂਦੀਆਂ ਨੇ ਸੈਂਟਰ ਗੌਰਮੈਂਟ ਵੱਲੋਂ ਜਾਂ WHO ਵੱਲੋਂ ਆਉਂਦੀਆਂ ਨੇ, ਜਾਂ ਸਾਨੂੰ ਮਹਿਸੂਸ ਹੁੰਦਾ ਵੀ ਆਹ ਚੀਜ਼ ਹੁਣ ਇੱਦਾਂ ਕਰਨੀ ਚਾਹੀਦੀ ਆ ਜੀ, ਜਾਂ ਲੋਕਾਂ ਦੇ ਵਿੱਚੋਂ ਜਿਹੜੀ ਫੀਡਬੈਕ ਆਉਂਦੀ ਆ, ਜਾਂ ਸਾਡੇ ਪੋਲੀਟੀਕਲ ਲੋਕਾਂ ਰਾਹੀਂ ਆਉਂਦੀ ਆ, ਜਾਂ ਜਿਹੜੀਆਂ ਏਜੰਸੀਆਂ ਰਾਹੀਂ ਆਉਂਦੀ ਆ, ਉਹਨੂੰ ਸਾਰੇ ਨੂੰ ਮੱਦੇਨਜ਼ਰ ਰੱਖ ਕੇ ਫਿਰ ਉਸ ਤੋਂ ਬਾਅਦ ਡਿਸੀਜਨ ਲਿਆ ਜਾਂਦਾ। ਹੁਣ ਜਿਵੇਂ ਆਪਾਂ ਪਿੱਛੇ ਜੇ ਇੱਕ ਵਾਰ ਆਪਾਂ ਨੇ ਪਹਿਲਾਂ ਟੋਟਲੀ ਬੰਦ ਸੀਗਾ, ਫਿਰ ਬਾਰ ਐਤਵਾਰ ਬੰਦ ਕਰਤਾ, ਫਿਰ ਖੋਲ੍ਹਤਾ ਬਾਰ ਨੂੰ ਖੋਲ੍ਹਤਾ, ਐਤਵਾਰ ਵੀ ਖੋਲ੍ਹਤਾ ਜੀ ਜੀ, ਲੇਕਿਨ ਦੁਬਾਰਾ ਫਿਰ ਆਪਾਂ ਬਾਰ ਐਤਵਾਰ ਦਾ ਲੋਕਡਾਊਨ ਕਰਤਾ ਜੀ, ਕਿ ਜਦੋਂ ਪੀਕ ਆਉਣੀ ਸ਼ੁਰੂ ਹੋਈ। ਬਿਲਕੁਲ ਸਹੀ, ਲੇਕਿਨ ਉਹਦੇ ਬਾਅਦ ਜਿਹੜੇ ਦੁਕਾਨਦਾਰ ਸੀ, ਫਿਰ ਆਡੀਵਨ ਵੀ ਕੀਤਾ ਆਪਾਂ ਨੇ ਜੀ ਜੀ, ਲੇਕਿਨ ਆਡੀਵਨ ਕਰਕੇ ਵੀ ਦੁਕਾਨਦਾਰ ਦੁਖੀ ਸੀਗੇ। ਉਹ ਫਿਰ ਜਦੋਂ ਦੁਕਾਨ ਖੁੱਲ੍ਹਦੀ ਸੀ ਤਾਂ ਜਿਹੜੇ ਬੈਕਲੋਗ ਸੀ ਇਕੱਠਾ ਹੋ ਕੇ ਪੂਰਾ ਉੱਥੇ ਇਕੱਠ ਹੋ ਜਾਂਦਾ ਸੀ, ਫਿਰ ਲਗਾਤਾਰ 6 ਦਿਨ ਖੋਲ੍ਹਣ ਦਾ ਫੈਸਲਾ ਲਿਆ, ਹੁਣ ਇਕੱਲਾ ਸੰਡੇ ਬੰਦ ਕਰਨ ਦਾ ਫੈਸਲਾ ਲਿਆ, ਬੰਦ ਕਰਨ ਲਿਆ। ਲੇਕਿਨ ਉਹਦੇ 'ਚ ਵੀ ਅਸੀਂ ਫਿਰ ਪਹਿਲਾਂ 7-6 ਵਜੇ ਤੱਕ ਦਾ ਟਾਈਮ ਸੀਗਾ, ਫਿਰ ਲੋਕਾਂ ਨੇ ਕਿਹਾ ਜੀ ਅਸੀਂ ਤਾਂ 6 ਵਜੇ ਤਾਂ ਅਸੀਂ ਆਪਣੇ ਕੰਮਾਂ ਕਾਰਾਂ ਤੋਂ ਆਉਂਦੇ, 7 ਵਜੇ ਅਸੀਂ ਕੋਈ ਸਮਾਨ ਲੈਣਾ ਹੁੰਦਾ ਕਿੱਥੇ ਜਾਵਾਂਗੇ, 7 ਤੋਂ ਬਾਅਦ ਫਿਰ ਹੋਟਲਾਂ ਵਾਲੇ ਰੈਸਟੋਰੈਂਟ ਵਾਲੇ ਕਹਿੰਦੇ ਸਾਡੇ ਕੋਲ ਤਾਂ ਰੋਜ਼ੀ ਰੋਟੀ ਸਾਡੀ ਤਾਂ ਸ਼ਾਮ ਨੂੰ ਸ਼ੁਰੂ ਹੁੰਦੀ ਆ ਜੇ ਖਾਣਾ ਖਵਾਉਣਾ, ਜਾਂ ਹਲਵਾਈ ਕਹਿੰਦਾ ਜੀ ਮੇਰੇ ਕੋਲ ਦੁੱਧ 7 ਵਜੇ, ਮੈਂ ਦੁੱਧ ਉਬਾਲ ਕੇ ਰੱਖਣਾ, ਮੈਂ ਉਹਦਾ ਸਵੇਰ ਵਾਸਤੇ ਪਨੀਰ ਤਿਆਰ ਕਰਨਾ, ਦਹੀਂ ਤਿਆਰ ਕਰਨਾ, ਉਬਾਲਣਾ ਪੈਂਦਾ, ਅਤੇ ਪਿੰਡਾਂ 'ਚ ਦੁੱਧ ਲੇਟ ਆਉਂਦਾ ਜੀ ਜੀ। ਉਹ ਸਾਰੀਆਂ ਗੱਲਾਂ ਅਸੀਂ ਡਾਟਾ ਕਲੈਕਟ ਕਰਕੇ ਫਿਰ ਉਸ ਤੋਂ ਬਾਅਦ ਇਹ ਫੈਸਲਾ ਲਿਆ ਜਾਂਦਾ ਵੀ ਕੀ ਕਰਨਾ ਚਾਹੀਦਾ ਜੀ। ਫਿਰ ਇਹ ਫੈਸਲਾ ਲਿਆ ਵੀ ਆਪਾਂ 9 ਵਜੇ ਤੱਕ ਕਰ ਦਈਏ ਜੀ। ਵਧੀਆ, ਮੈਂ ਇੱਥੇ ਕਲੀਅਰ ਵੀ ਕਰਦਾ ਜੀ, ਇਹ ਮੈਂ ਤਾਂ ਤੁਹਾਡਾ ਸਵਾਲ ਇੱਦਾਂ ਹੀ ਮੰਤਰੀ ਸਾਹਿਬ ਨੂੰ ਪੁੱਛ ਲਿਆ, ਹੁਣ ਤੁਸੀਂ ਨੋਟ ਕਰ ਲਓ ਵੀ ਆਪਣੇ ਦੁੱਧ ਵਾਲੀ ਗੱਲ ਜਾਂ ਆਪਣੇ ਸਬਜ਼ੀ ਭਾਜੀ ਵਾਲੀ ਤਰਕਾਰੀ ਵਾਲੀ ਗੱਲ ਉਹਨਾਂ ਤੱਕ ਪਹੁੰਚਦੀ ਹੈ, ਤਾਂ ਉਹਦੇ 'ਚ ਚੇਂਜਿਸ ਆਉਂਦੀ ਆ। ਆਪਾਂ ਕਿਸੇ ਵੇਲੇ ਵੈਸੇ ਹੀ ਗਰਮ ਹੋ ਜਾਂਦੇ ਵੀ ਯਾਰ ਸਰਕਾਰ ਕਰਦੀ ਕੀ ਹੈ। ਸੋ ਮਤਲਬ ਜਿਵੇਂ ਜਿਵੇਂ ਇਨਫੋਰਮੇਸ਼ਨ ਆਉਂਦੀ ਰਹੀ ਤਿਵੇਂ ਜਿਵੇਂ ਤੁਸੀਂ ਚੇਂਜ ਕਰਦੇ। ਅੱਛਾ, ਹੁਣ ਆਪਾਂ ਇੱਕ ਜਿਹੜੀ ਇਸ ਵਕਤ ਪੰਜਾਬ ਦੇ ਵਿੱਚ ਚਰਚਾ ਹੈ, ਉਹ ਚਰਚਾ ਹੈ ਜੀ ਵੀ ਕਿਤੇ ਹਸਪਤਾਲ ਨਾ ਚਲ ਜਾਓ, ਡਾਕਟਰਾਂ ਨੇ ਦਾਤਰ ਰੱਖੇ ਵੱਡੇ ਵੱਡੇ ਅਤੇ ਜਾਂਦਿਆਂ ਸਾਰ ਬੰਦਾ ਲੰਮੇ ਪਾਉਂਦੇ ਆ ਅਤੇ ਉਹਦੇ ਅੰਗ ਕੱਢ ਲੈਂਦੇ ਜੀ, ਇਹ ਤੁਹਾਡੇ ਤੱਕ ਨਹੀਂ ਪਹੁੰਚੀ ਗੱਲ? ਬਿਲਕੁਲ ਪਹੁੰਚੀ, ਮੈਂ ਤੁਹਾਡੇ ਕੋਲ ਇਹੀ ਗੱਲ ਦੀ ਕਲੈਰਿਟੀ ਵਾਸਤੇ ਖਾਸ ਤੌਰ 'ਤੇ ਮਿਲਣ ਦਾ ਮੌਕਾ ਮਿਲਿਆ ਤੁਹਾਡੇ ਰਾਹੀਂ। ਮੈਂ ਪੰਜਾਬ 'ਚ ਵੀ ਕਰਦੇ ਹਾਂ ਅਤੇ ਤੁਸੀਂ ਤਾਂ ਤੁਹਾਡਾ ਵਰਲਡ ਲੈਵਲ ਦਾ ਚੈਨਲ ਹੈਗਾ ਕਿ ਮੈਨੂੰ ਪਤਾ ਤੁਸੀਂ, ਤੁਹਾਡਾ ਬਹੁਤ ਐਕਸਪੋਜ਼ਰ ਹੈਗਾ ਬਾਹਰ, ਬੜਾ ਲੰਬਾ ਚੌੜਾ ਤੁਹਾਡਾ ਜਿਹੜਾ ਆਪਣਾ ਸਿਸਟਮ ਹੈ ਕਿ ਅਸੀਂ ਲੋਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ। ਜਿਹੜੇ ਦਾਤਰ ਲੈ ਕੇ ਬੈਠੇ ਆ, ਪਹਿਲੀ ਗੱਲ ਤਾਂ ਜਿਹੜਾ ਕੋਵਿਡ ਦਾ ਪੇਸ਼ੈਂਟ ਹੈ ਉਹਨੂੰ ਕੋਈ ਬੰਦਾ ਹੱਥ ਲਾਉਣ ਨੂੰ ਤਿਆਰ ਨਹੀਂ ਜੀ, ਉਹ ਹੱਥ ਲਾਇਆ ਨਹੀਂ ਤਾਂ ਉਹਨੂੰ ਬੰਦੇ ਨੂੰ ਬਿਮਾਰੀ ਹੋਈ ਨਹੀਂ ਜੀ।
ਸ਼ੁਰੂ ਤੋਂ ਤੁਸੀਂ ਦੇਖਿਆ ਹੋਣਾ ਤੁਹਾਡੇ ਜਲੰਧਰ ਦੇ ਵਿੱਚ, ਲੁਧਿਆਣੇ ਦੇ ਵਿੱਚ ਇੱਕ ਸਾਡੇ ਲੀਡਰ ਸਾਹਿਬ ਨੇ ਜਿਨ੍ਹਾਂ ਦੇ ਮਾਸੀ ਜੀ ਚੜ੍ਹਾਈ ਕਰ ਗਏ ਸੀਗੇ, ਉਹ ਮੋਹਾਲੀ ਤੋਂ ਪੋਜ਼ਿਟਿਵ ਹੋ ਕੇ ਆਏ ਸੀ, ਇੱਥੇ ਆ ਕੇ ਉਹਨਾਂ ਦੀ DM ਆਪਣੇ ਡੈਥ ਹੋ ਗਈ ਸੀ ਜੀ ਜੀ ਲੁਧਿਆਣੇ, ਉਹਦੀ ਡੈੱਡ ਬੋਡੀ ਲੈਣ ਤੋਂ ਇਨਕਾਰ ਕਰਤਾ ਸੀ। ਹਾਂਜੀ ਹੋਇਆ। ਈਵਨ ਫਿਰ ਜਦੋਂ ਡੈੱਡ ਬੋਡੀ ਨੇ ਇਨਕਾਰ ਕਰਤਾ, ਇੱਥੇ ਵੀ ਇੱਕ ਚੀਫ ਇੰਜ ਰਿਟਾਇਰ ਸੀਗੇ, ਉਹਨਾਂ ਦੇ ਹਾਲਾਂਕਿ ਉਹਦੀ ਬੱਚੀ ਵੀ ਡਾਕਟਰ ਸੀਗੀ, ਉਹਨਾਂ ਨੇ ਵੀ ਇਨਕਾਰ ਰਿਫਿਊਜ਼ ਕਰਤਾ ਸੀ ਜੀ। ਅਤੇ ਉਹ ਫਿਰ ਜਦੋਂ ਡੈੱਡ ਬੋਡੀ ਵੀ ਸਰਕਾਰ ਨੇ ਰਿਸੀਵ ਕੀਤੀ, ਸਰਕਾਰ ਨੇ ਕਰਮੀਸ਼ਨ ਕੀਤੀ ਉੱਥੇ ਜੀ, ਅਤੇ ਸਰਕਾਰ ਨੇ ਫਿਰ ਕਿਹਾ ਭੋਗ ਵੀ ਅਸੀਂ ਆਪ ਪਾਵਾਂਗੇ, ਤੁਸੀਂ ਹੁਣ ਭੋਗ ਵੀ ਕਿਉਂ ਪਾਓਗੇ। ਤਾਂ ਉਸ ਗੱਲ ਦਾ ਬੜਾ ਫਿਰ ਬਹਿਸ ਵਸਾਈ ਉੱਥੇ ਹੋਈ, ਉਹ ਵੀ ਰਿਕਾਰਡਿੰਗ 'ਤੇ ਹੈਗੀ ਹੈ। ਬਿਲਕੁਲ ਸਹੀ ਗੱਲ। ਅਤੇ ਉਹ ਚੀਜ਼ ਇੱਦਾਂ ਵੀ ਕਿਹੜਾ ਬੰਦਾ ਜਿਹੜਾ ਕੋਵਿਡ ਦੇ ਪੇਸ਼ੈਂਟ ਨੂੰ ਹੱਥ ਲਏਗਾ, ਜੇ ਉਹ ਬੰਦਾ ਜਿਹੜਾ ਸ਼ਾਇਦ ਤੁਸੀਂ ਜੰਮੂ ਕਸ਼ਮੀਰ ਦੀ ਸੁਣਿਆ ਹੋਣਾ ਕਿ ਜੰਮੂ ਕਸ਼ਮੀਰ 'ਚ ਦੋ ਬੰਦਿਆਂ ਨੇ ਇੱਕ ਰਿਮਿਸ਼ਨ ਕਰਨ ਵਾਸਤੇ ਕਿੱਟ ਪਾ ਲਈ ਸੀ, ਹਾਂਜੀ, ਉਹ ਆਪ ਬੇਹੋਸ਼ ਹੋ ਗਏ ਜੀ। ਜਿਹੜਾ ਇਹ ਹੈਗਾ ਕੋਵਿਡ ਦਾ ਪੇਸ਼ੈਂਟ, ਉਹਨੂੰ ਹੱਥ ਲਾਉਣਾ ਬਹੁਤ ਦੂਰ ਦੀ ਗੱਲ ਹੈ, ਬੜੇ ਪ੍ਰਕੋਸ਼ਨ ਨਾਲ ਬੜੇ ਦਸਤਾਨੇ ਪਾ ਕੇ ਹੋ ਗਏ, ਔਰ ਜੇ ਉਹ ਅੰਗ ਭਰੀ ਗੱਲ, ਦੂਜੀ ਗੱਲ ਅੰਗ ਕੋਈ ਇਹ ਤਾਂ ਹੈ ਨਹੀਂ ਕਿ ਵੀ ਕੱਢ ਕੇ ਇੱਥੇ ਰੱਖਤਾ ਅਲਮਾਰੀ 'ਚ ਜੀ, ਉਹਦਾ ਇੱਕ ਪ੍ਰੋਪਰ ਪ੍ਰੋਸੀਜਰ ਹੈ ਜੀ। ਜੇ ਕਿਸੇ ਨੇ ਅੰਗ ਦਾਨ ਕਰਨਾ, ਜਿਵੇਂ ਕੋਈ ਬੰਦਾ ਮੇਜਰ ਐਕਸੀਡੈਂਟ ਹੋ ਗਿਆ, ਲੇਕਿਨ ਨੌਜਵਾਨ ਬੰਦਾ ਸੀਗਾ, ਉੱਧਰ ਵੀ ਇੱਕ ਬੰਦਾ ਉਹਨੂੰ ਕੁਛ ਅੰਗ ਚਾਹੀਦੇ ਨੇ, ਪਰ ਉਹ ਬੰਦੇ ਬਚਣ ਦੇ ਚਾਂਸ ਕੋਈ ਨਹੀਂ, ਉਹ ਲਾਈਫ ਸਪੋਰਟ 'ਤੇ ਹੈਗਾ ਜੀ, ਜਦੋਂ ਉਹਨੂੰ ਅਸੀਂ ਵੈਂਟੀਲੇਟਰ ਤੋਂ ਲਾਹਾਂਗੇ ਨਾਲ ਜਾਂ ਉਹਨੇ ਐਕਸਪਾਇਰ ਹੋ ਜਾਣਾ। ਬਿਲਕੁਲ ਸਹੀ। ਉੱਥੇ ਵੀ ਬਹੁਤ ਕੋਈ ਪੜ੍ਹੇ ਲਿਖੇ ਮਾਂ ਬਾਪ ਜਿਹੜੇ ਹੁੰਦੇ ਨੇ, ਜਿਹੜੇ ਐਜੂਕੇਟਡ ਹੁੰਦੇ ਨੇ ਕਿ ਵੀ ਹਾਂ ਅਸੀਂ ਆਪਣੇ ਬੱਚੇ ਦੇ ਦਾਨ ਕਰ ਦਿਆਂਗੇ ਜੀ, ਉਹ ਵੀ 100 ਟੈਸਟ ਕਰਕੇ। ਹਾਂ, ਜਿਵੇਂ ਇੱਕ ਪਟਿਆਲੇ ਦੇ ਡਾਕਟਰ ਦੀ ਬੇਟੀ ਉੱਥੇ ਡਾਕਟਰੀ ਕਰ ਰਹੀ ਸੀ ਅਮਰੀਕਾ ਦੇ ਵਿੱਚ, ਉਹਦੀ ਡੈਥ ਹੋਈ ਜੀ, ਅਤੇ ਉਸ ਨੇ ਆਪਣੀ ਬੇਟੀ ਦੇ 23 ਜਿਹੜੇ ਪਾਰਟ ਸੀ ਬੋਡੀ ਦੇ, ਉਹ ਬਾਕੀ ਲੋਕਾਂ ਦੇ, ਮੈਂ ਕਹਿੰਦਾ ਆਪਣੀ ਬੇਟੀ ਨੂੰ ਲੋਕਾਂ ਲਿਖਣਾ ਚਾਹੁੰਦਾ ਜੀ ਜੀ। ਜਿਹੜੇ 3 ਘੰਟੇ ਦਾ ਸਾਰਾ ਸਮਾਂ ਹੁੰਦਾ ਹੈ, 3 ਘੰਟੇ ਸਮੇਂ 'ਚ ਅੰਗ ਕੱਢਣਾ ਅਤੇ ਕੱਢ ਕੇ ਲਿਆ ਕੇ ਉਹ ਬੰਦਾ ਟੈਸਟ ਪਾਉਣਾ, ਇਹ ਸਾਰਾ ਪੋਸੀਬਲ ਨਹੀਂ ਹੈ। ਬਿਲਕੁਲ ਸਹੀ। ਦੂਜੀ ਗੱਲ, ਉਹ ਬੋਡੀ ਰੈਪ ਕੀਤੀ ਜਾਂਦੀ ਹੈ ਜੀ। ਅਸੀਂ ਇਹ ਵੀ ਕਿਹਾ ਵੀ ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਬੰਦਾ ਪਰਿਵਾਰ ਦਾ ਡੈਥ ਹੁੰਦੀ ਹੈ, ਤੁਸੀਂ ਮੂੰਹ ਦੇਖ ਲਓ ਆਪਣੇ ਬੰਦੇ ਦਾ, ਤੁਸੀਂ ਆਪਣੀ ਬੋਡੀ ਦੇਖ ਸਕਦੇ ਹੋ, ਸਾਨੂੰ ਕੋਈ ਇਤਰਾਜ਼ ਨਹੀਂ ਜੀ, ਲੇਕਿਨ ਇਨਫੈਕਸ਼ਨ ਨਾ ਹੋਵੇ। ਬਿਲਕੁਲ ਸਹੀ। ਇਨਫੈਕਸ਼ਨ ਨਾ ਹੋਵੇ, ਜੇ ਇਨਫੈਕਸ਼ਨ ਹੁੰਦੀ ਹੈ ਤਾਂ ਉਹਦੇ ਨਾਲ ਖਰਾਬ ਹੋ, ਸਾਰਾ ਪਰਿਵਾਰ ਹੀ ਖਰਾਬ ਹੋ ਸਕਦਾ। ਕਈ ਜਗ੍ਹਾ ਹੋਇਆ ਵੀ ਹੈ, ਸਾਡੇ ਮੋਹਾਲੀ ਇੱਕ ਬੜਾ ਤਕੜਾ ਮਾਈ ਸ਼ੋਪ ਮਸ਼ਹੂਰ ਕੱਪੜੇ ਦੁਕਾਨ ਸੀ ਜੀ ਜੀ, ਹਫ਼ਤਾ ਪਹਿਲਾਂ ਉਹ ਵਿਚਾਰਾ ਖੁਦ ਚਲਾ ਗਿਆ ਜੀ, ਕੱਲ੍ਹ ਉਹਦੀ ਵਾਈਫ ਵੀ ਐਕਸਪਾਇਰ ਹੋ ਗਈ। ਯਾਨੀ ਅੰਗ ਕੱਢਣਾ ਇੱਕ ਪ੍ਰੋਸੀਜਰ ਹੈ, ਬਕਾਇਦਾ ਕਮੇਟੀ ਡਿਸਟ੍ਰਿਕਟ ਲੈਵਲ 'ਤੇ ਬਣਦੀ ਹੈ, ਸਟੇਟ ਲੈਵਲ 'ਤੇ ਬਣਦੀ ਹੈ, ਉਹ ਬਕਾਇਦਾ ਉਹਦਾ ਇਹ ਜਿਹੜੇ ਬੰਦੇ ਨੇ ਅੰਗ ਦੇਣਾ ਹੁੰਦਾ, ਜਿਹਨੇ ਲੈਣਾ ਹੁੰਦਾ, ਉਹਦੀ ਪੂਰੀ ਇਨਵੈਸਟੀਗੇਸ਼ਨ ਹੁੰਦੀ ਹੈ, ਪੁਲਿਸ ਦਾ ਮੈਂਬਰ 7 ਮੈਂਬਰੀ ਕਮੇਟੀ ਹੁੰਦੀ ਹੈ ਜੀ, ਹਰ ਡਿਪਾਰਟਮੈਂਟ 'ਚ ਇਨਵੋਲਵ ਹੁੰਦਾ ਉਹਦੇ ਵਿੱਚ, ਬਕਾਇਦਾ ਪੂਰੀ ਇਨਵੈਸਟੀਗੇਸ਼ਨ ਤੋਂ ਬਾਅਦ ਫਿਰ ਉਹਨਾਂ ਦਾ ਮੈਚਿੰਗ ਕੀਤਾ ਜਾਂਦੀ ਹੈ ਬਲੱਡ ਦੀ, ਪਲੱਸ ਉਹਦੇ ਅੰਗ ਫਿੱਟ ਬੈਠੇ ਕਿ ਨਹੀਂ ਬੈਠਾ, ਇਹ ਤਾਂ ਹੈ ਨਹੀਂ ਚੱਕ ਜਿਹਦੇ ਮਰਜ਼ੀ ਆਪਾਂ ਵਾਇਰਿੰਗ ਤਾਂ ਹੈ ਨਹੀਂ ਵੀ ਕੱਢ ਗਏ ਆਪਾਂ ਦੂਜੇ ਪਾਸੇ ਪਾਤਾ। ਸਹੀ ਗੱਲ। ਉਹਦੇ ਵਾਸਤੇ ਇੱਕ ਪ੍ਰੋਪਰ ਸਿਸਟਮ ਬਣਦਾ ਜੀ, ਅਤੇ ਉਦੋਂ ਬਾਅਦ ਜੇ ਸ਼ੱਕ ਪੈ ਜਾਂਦਾ ਵੀ ਇਹ ਬੰਦਾ ਦਾ ਰਿਸ਼ਤੇਦਾਰ ਹੈ ਨਹੀਂ ਗਾ ਜੀ, ਇਹ ਦੇ ਨਹੀਂ ਸਕਦਾ, ਵੀ ਇਹ ਗਲਤ ਕੰਮ ਇਹਨੇ ਵੇਚੀ ਹੈ ਜਾਂ ਇਹਨੇ ਕੋਈ ਪੈਸਾ ਲਿਆ, ਤਾਂ ਉਹਨੂੰ ਰਿਜੈਕਟ ਕਰ ਦਿੰਦੇ ਆ, ਕਿਉਂਕਿ ਇਹ ਵੀ ਕੰਮ ਹੁੰਦਾ ਆ। ਹਾਂ ਬਿਲਕੁਲ। ਕਈ ਵਾਰ ਪਹਿਲਾਂ ਹੁੰਦਾ ਸੀ ਬੜਾ ਜੀ ਜੀ, ਇਹ 2011 94 ਤੋਂ ਲੈ ਕੇ 2011 ਹੌਲੀ ਹੌਲੀ ਇਹ ਐਕਟ ਬਣ ਗਏ ਜੀ ਜੀ, ਕਿ ਕੋਈ ਬੰਦਾ ਗਲਤ ਕੰਮ ਨਾ ਕਰੇ ਜੀ ਜੀ, ਔਰ ਕਈ ਡਾਕਟਰ ਅੰਦਰ ਸਜ਼ਾ ਵੀ ਪਾਈ, ਡਾਕਟਰਾਂ ਨੇ ਸਜ਼ਾ ਪਾਈ ਹੈ। ਹਾਂਜੀ, ਜਦੋਂ ਕੋਈ ਡਾਕਟਰ ਦਾ, ਕੋਈ ਤੁਸੀਂ ਮੀਆਂ ਵੀਰਾ ਜੀ ਕੀ ਕਰੂਗਾ ਜੀ, ਬਿਲਕੁਲ ਸਹੀ, ਡਾਕਟਰ ਦਾ ਕੰਮ ਕਰਨਾ ਉਹਨੇ ਕਰਤਾ, ਪਰ ਲੇਕਿਨ ਇਹ ਚੀਜ਼ ਜਿਹੜੀ ਹੈ ਨਾ, ਇਹ ਬਿਲਕੁਲ ਟੋਟਲੀ ਗਵਰਾਕੁਨ ਪ੍ਰਚਾਰ ਹੈ, ਇਹ ਰਾਜਨੀਤੀ ਤੋਂ ਪ੍ਰੇਰਿਤ ਹੈ। ਰਾਜਨੀਤਿਕ ਪ੍ਰੇਰਿਤ ਕਿਉਂ ਆ, ਕਿ ਜੀ ਸਰਕਾਰ ਊਂ ਤਾਂ ਹਰ ਪਾਸੇ ਕਾਮਯਾਬ ਹੋ ਗਈ ਜੀ ਜੀ, ਵੀ ਸਰਕਾਰ ਦੇ ਵਿੱਚ ਆਪਾਂ ਕੋਈ ਇਹੋ ਜਿਹਾ ਪੱਤਾ ਖੇਡੀਏ ਜਿਹਦੇ ਨਾਲ ਸਾਰੇ ਐਸੀ ਸੰਸੇਸ਼ਨ ਹੋ ਜਾਏ ਕਿ ਲੋਕ ਤਾਂ ਜੀ ਅੰਗ ਕੱਢੇ ਜਾ ਰਹੇ ਨੇ। ਬਿਲਕੁਲ ਸਹੀ। ਅੰਗ ਕੱਢਣਾ ਅਤੇ ਕੋਵਿਡ ਵਾਲੇ ਦਾ ਤਾਂ ਬਹੁਤ ਦੂਰ ਦੀ ਗੱਲ, ਨੇੜੇ ਜਾਣਾ ਵੀ ਬਹੁਤ ਔਖਾ ਹੈ। ਸੋ ਇਹ ਮੈਂ ਬੇਨਤੀ ਕਰਾਂ ਜੀ ਕਿ ਵੀ ਇਸ ਵਕਤ ਸਿੱਧੂ ਸਾਹਿਬ ਨੇ ਜਿਵੇਂ ਇਸ ਚੀਜ਼ ਦੀ ਤਸੱਲੀ ਆਪਾਂ ਨੂੰ ਦਿੱਤੀ ਹੈ ਕਿ ਵੀ ਇਸ ਤਰ੍ਹਾਂ ਦਾ ਜਿਹੜਾ ਵਹਿਮ ਭਰਮ ਹੈ ਉਹਦੇ ਵਿੱਚ ਤੁਸੀਂ ਨਾ ਆਓ, ਮੇਰਾ ਖਿਆਲ ਉਹਦੇ 'ਤੇ ਤੁਸੀਂ ਕਾਰਵਾਈ ਵੀ ਕਰਾਈ ਹੈ ਜੀ, ਜਿਹੜੇ ਅਸੀਂ ਤਾਂ ਉਹਦੇ 'ਚ ਅਸੀਂ ਕਾਫੀ ਲੋਕ ਜਿਹੜੇ ਬੰਦਿਆਂ ਨੇ ਇੱਦਾਂ ਦੀਆਂ ਵੀਡੀਓ ਆਡੀਓ ਵਾਇਰਲ ਕੀਤੀਆਂ ਸੀਗੀਆਂ ਜੀ, ਉਹਦੇ ਵਿੱਚ ਅਸੀਂ ਤਕਰੀਬਨ ਕੋਈ 70-80 ਬੰਦਿਆਂ ਦੀ ਅਰੈਸਟ ਵੀ ਪਾਈ ਹੈ ਜੀ, ਔਰ ਉਹ ਕੁਛ ਪਾਰਟੀਆਂ ਜਿਹੜੀਆਂ ਨਾਲ ਜੁੜੇ ਹੋਏ ਸੀ, ਜਿਵੇਂ ਆਪ ਦਾ ਇੱਕ ਬੰਦਾ ਸੀਗਾ ਮਰਿੰਦਰ ਦਾਰਸੀ ਸੀਗਾ, ਮੋਗੇ ਤੋਂ ਟਿਕਟ ਦਾ ਸੀਗਾ ਉਹ, ਅਤੇ ਉਹ ਅਸੀਂ ਫਿਰੋਜ਼ਪੁਰ ਤੋਂ ਉਹਦੀ ਅਰੈਸਟ ਪਾਈ ਹੈ ਜੀ। ਫਿਰ ਇੱਦਾਂ ਹੀ ਜਿਹੜੇ ਕੋਈ 108 ਦੇ ਕਰੀਬ ਜਿਹੜੇ ਫੇਕ ID ਵਾਲੇ ਜਾਂ ਚੈਨਲ ਸੀਗੇ ਜਾਂ ਲੋਕਲ ਚੈਨਲ ਚੱਲਦੇ ਸੀ ਜਾਂ ਫੇਸਬੁੱਕ 'ਤੇ ਵਟਸਐਪ 'ਤੇ ਯੂਟਿਊਬ 'ਤੇ ਬੰਦੇ ਪਾਉਂਦੇ ਸੀਗੇ ਜੀ,
ਜਾਂ ਟਵਿੱਟਰ 'ਤੇ ਸੀਗੇ ਉਹ ਸਾਰਿਆਂ ਨੂੰ ਅਸੀਂ ਬਲੌਕ ਵੀ ਕੀਤਾ ਹੈ। ਬਿਲਕੁਲ ਸਹੀ, ਸਾਡੇ ਸਾਈਬਰ ਜਿਹੜੀ ਬ੍ਰਾਂਚ ਹੈਗੀ ਉਹਨੇ ਪੂਰੀ ਇਨਵੈਸਟੀਗੇਸ਼ਨ ਤੋਂ ਬਾਅਦ ਉਹਨਾਂ ਨੂੰ ਬਲੌਕ ਵੀ ਕੀਤਾ ਹੈ ਔਰ ਬਾਕੀਆਂ ਦੇ ਖਿਲਾਫ਼ ਵੀ ਕਾਰਵਾਈ ਕਰ ਰਹੇ ਹਾਂ। ਜਿਸ ਤਰ੍ਹਾਂ ਇੱਕ ਚੈਨਲ ਨੇ ਉੱਥੇ USA ਦੇ ਵਿੱਚ ਫਾਸਟ ਵੇ ਦੇ ਨਾਂ 'ਤੇ ਖੋਲਿਆ, ਜਿਹੜਾ ਫਾਸਟ ਵੇ ਇੱਥੇ ਉਹਦੇ ਖਿਲਾਫ਼ ਵੀ ਪਰਚਾ ਦਰਜ ਹੋਇਆ ਲੁਧਿਆਣੇ ਦੇ ਵਿੱਚ। ਜੀ ਜੀ ਜੀ, ਉਹ ਫਾਸਟ ਵੇ ਵਾਲਿਆਂ ਨੇ ਕਰਾਇਆ ਕਿ ਸਾਡਾ ਉੱਥੇ ਡੁਪਲੀਕੇਟ ਉਹਦੇ ਨਾ ਵਰਤਿਆ। ਮੈਂ ਤੁਹਾਡੇ ਰਾਹੀਂ ਇਹ ਉਹਨਾਂ ਸਾਰੇ ਲੋਕਾਂ ਨੂੰ ਸੁਨੇਹਾ ਦੇਣਾ ਚਾਹੁੰਦਾ ਜਿਹੜੇ ਬਾਹਰ ਬੈਠੇ ਆ ਕਿ ਵੀ ਤੁਸੀਂ ਤਾਂ ਪੜ੍ਹੇ ਲਿਖੇ ਹੋ, ਤੁਸੀਂ ਹਰ ਚੀਜ਼ ਜਾਣ, ਜਿਹੜੇ ਮੁਲਕਾਂ 'ਚ ਤੁਸੀਂ ਬੈਠੇ ਹੋ ਤੁਸੀਂ ਉਹਨਾਂ ਮੁਲਕਾਂ ਦੀ ਹਕੀਕਤ ਦੇਖੋ ਕੀ ਆ ਉੱਥੇ ਦੀ, ਇੱਥੋਂ ਦੀ ਕੀ ਹਕੀਕਤ ਆ। ਉੱਥੇ ਅਮਰੀਕਾ ਵਰਗਾ ਜਿਹੜਾ ਦੁਨੀਆਂ ਦਾ ਸਭ ਤੋਂ ਸੁਪਰ ਪਾਵਰ ਹੈਗੀ ਆ, ਜੀ ਜੀ, ਉੱਥੇ 2 ਲੱਖ ਬੰਦਾ ਮਰ ਗਿਆ। ਬਿਲਕੁਲ ਸਹੀ, ਲੱਖਾਂ ਲੋਕ ਉੱਥੇ ਆਪਣੇ ਵਿਚਾਰੇ ਇਨਫੈਕਟਡ ਹੋਏ ਨੇ। ਅਤੇ ਦੂਜੀ ਗੱਲ ਇਹ ਹੈਗੀ ਕਿ ਉੱਥੇ ਡੈੱਡ ਬੋਡੀਆਂ ਰੁੜੀਆਂ ਵੀ ਨੇ, ਰੁੜੀਆਂ, ਬਿਲਕੁਲ ਰੁੜੀਆਂ ਜੀ। ਲੇਕਿਨ ਇੱਕ ਬੰਦਾ ਕਵੇ ਪੰਜਾਬ ਦੇ ਵਿੱਚ, ਸਿੰਗਲ ਬੰਦਾ, ਕਿ ਜੀ ਡੈੱਡ ਬੋਡੀ ਰੁੜੀ, ਸਰਕਾਰ ਨੇ ਉਹਦਾ ਪੂਰਾ ਮਾਣ ਸਤਿਕਾਰ ਸੰਸਕਾਰ ਕੀਤਾ। ਡੈੱਡ ਬੋਡੀਆਂ ਤੋਂ ਸਿੱਧੂ ਸਾਹਿਬ ਨੂੰ ਯਾਦ ਆਇਆ, ਇਹ ਘਟਨਾਵਾਂ ਹੁਣ ਤਾਂ ਖੈਰ ਚਲੋ ਰੋਕੀਆਂ, ਪਰ ਲਗਾਤਾਰ ਪਿਛਲੇ ਸਮੇਂ 'ਚ ਨਾ 2-3 ਸ਼ਹਿਰਾਂ 'ਚ ਡੈੱਡ ਬੋਡੀ ਵਟਾਉਣ ਦਾ ਰੌਲਾ ਪੈ ਗਿਆ ਸੀ, ਉਹ ਬਹੁਤ ਵਾਇਰਲ ਹੋਈ ਚੀਜ਼। ਉਹਦੇ 'ਚ ਕੁਛ ਕੀਤਾ ਤੁਸੀਂ? ਉਹਦੇ ਅਸੀਂ ਕਰਤਾ ਹੈਗਾ ਜੀ। ਹੁਣ ਉਹ ਕੀ ਟੈਗ ਕਈ ਵਾਰੀ ਨਾ ਜਿਹੜਾ ਬੰਦਾ ਲਾਉਂਦਾ ਹੈ ਉਹਨੇ ਘਬਰਾਹਟ 'ਚ ਇੱਧਰ ਉੱਧਰ ਕਰਤਾ, ਇੱਕੋ ਬੋਡੀ ਇੱਕੋ ਹੀ ਹੋਇਆ। ਨਹੀਂ, ਇੱਕ ਸ਼ਾਹਕੋਟ ਸੀਗਾ, ਇੱਕ ਅੰਮ੍ਰਿਤਸਰ ਸੀ, ਅੰਮ੍ਰਿਤਸਰ ਅਤੇ ਹੁਸ਼ਿਆਰਪੁਰ ਦੇ ਨਾਲ ਆਸਮੇ, ਇੱਕ ਸ਼ਾਹਕੋਟ ਦਾ ਵੀ ਸੀ ਨਾ ਜੀ ਮਸਲਾ, ਸ਼ਾਹਕੋਟ ਦਾ ਇੱਥੇ ਹੋਸਪਿਟਲ ਤੋਂ ਗਿਆ ਸੀ। ਹਾਂਜੀ ਹਾਂਜੀ ਹਾਂ, ਉਹ ਤਾਂ ਉਹ ਡੈੱਡ ਬੋਡੀ ਨਹੀਂ, ਉਹ ਪੋਜ਼ਿਟਿਵ ਦਾ ਪ੍ਰੋਬਲਮ ਸੀ ਉਹਦੀ। ਨਹੀਂ, ਡੈੱਡ ਬੋਡੀ ਦੀ ਵੀ ਸੀਗੀ ਜੀ, ਇੱਕ ਤਾਂ ਇੱਕ ਬਾਪੂ ਅਤੇ ਇੱਕ ਬੀਬੀ ਵਟਾਈ ਗਈ ਸੀ, ਦੂਸਰੇ ਬੀਬੀ ਬਾਪੂ ਸੀ ਅੰਮ੍ਰਿਤਸਰ ਅਤੇ ਹੁਸ਼ਿਆਰਪੁਰ ਦਾ। ਜੀ ਜੀ, ਉਹ ਕੀ ਸੀਗਾ ਕਿ ਜਿਹੜਾ ਟੈਗ ਸੀ ਗਲਤ ਲੱਗ ਗਿਆ ਜੀ, ਲੇਕਿਨ ਉਹਨਾਂ ਨੇ ਖੋਲ ਕੇ ਵੇਖ ਲਿਆ, ਉਹਨਾਂ ਨੇ ਵੇਖਿਆ ਨਹੀਂ, ਸੰਸਕਾਰ ਉਹਦਾ ਹੋ ਗਿਆ ਸੀ। ਦੇਖੋ ਜਿਹੜਾ ਬੰਦਾ ਹੈਗਾ ਇਹ ਗਨਾਹਾਂ ਦਾ ਪੁਤਲਾ ਹੈਗਾ ਜੀ ਜੀ, ਜਿਹੜਾ ਸਟਾਫ ਉੱਥੇ ਕੰਮ ਕਰਦਾ, ਉਸ ਮੋਚਰੀ ਕੰਮ ਕਰਦਾ, ਉਹਦੀ ਤੁਸੀਂ ਦੇਖੋ ਉਹਦੀ ਸੋਚ ਕਿੱਦੀ, ਉਹਦੇ ਕਿੰਨਾ ਕੁ ਪੈਨਿਕ ਹੋ ਇਸ ਗੱਲ ਦਾ। ਬਿਲਕੁਲ ਸਹੀ, ਠੀਕ ਹੈ ਨਾ। ਅਤੇ ਉਹ ਉਦੋਂ ਬਾਅਦ ਉਹ ਸਾਰਾ ਸਿਸਟਮ ਬਣਾਤਾ ਵੀ ਇਸ ਤੋਂ ਬਾਅਦ ਇਹ ਇੱਦਾਂ ਨਹੀਂ ਹੋਏਗਾ, ਕਹਿੰਦਾ ਮਾਲਕਾਂ ਨੂੰ ਉਦੋਂ ਦਿਖਾਇਆ ਜਾਏਗਾ, ਫਿਰ ਟੈਗ, ਫਿਰ ਜਿਹੜਾ ਟੈਗ ਥੋੜ੍ਹਾ ਸ਼ੁਰੂ ਤੋਂ ਲੱਗ ਗਿਆ ਜੀ ਐਡਮਿਸ਼ਨ ਵੇਲੇ, ਉਹ ਐਂਡ ਤੱਕ ਰਹੇਗਾ। ਅੱਛਾ, ਜਦੋਂ ਪੇਸ਼ੈਂਟ ਆਉਂਦਾ ਹਸਪਤਾਲ, ਹਾਂ, ਉਹਦੀ ਆਈਡੈਂਟੀ ਬਣ ਜਾਂਦੀ ਨਾ ਜੀ ਜੀ, ਇੱਕ ਸਮਰੀ ਬਣਦੀ ਆ ਜੀ ਜੀ, ਜਿਹੜਾ ਸਮਰੀ ਦਾ ਨੰਬਰ ਐਂਡ ਤੱਕ ਰਹੇਗਾ ਉਹਦੇ ਉੱਤੇ, ਤਾਂ ਕਿ ਇਹ ਗਾਹਾਂ ਨੂੰ ਕਨਫਿਊਜ਼ਨ ਨਾ ਹੋਵੇ। ਚਲੋ, ਅੱਛਾ, ਇੱਕ ਜਿਹੜਾ ਆਮ ਆਦਮੀ ਪਾਰਟੀ ਤੁਹਾਡੇ 'ਤੇ ਦੋਸ਼ ਲਾਉਂਦੀ ਹੈ ਕਿ ਵੀ ਬਲਬੀਰ ਸਿੰਘ ਸਿੱਧੂ ਹੋਰੀ ਜਿਹੜੇ ਨੇ ਉਹ ਸਾਨੂੰ ਪੰਜਾਬ ਵਿੱਚ ਕੰਮ ਨਹੀਂ ਕਰਨ ਦੇ ਰਹੇ, ਕਿਉਂਕਿ ਜਿਹੜਾ ਸਾਡਾ ਦਿੱਲੀ ਵਾਲਾ ਮਾਡਲ ਸੀਗਾ ਜਿਹਦੇ 'ਚ ਉਹਨਾਂ ਨੇ ਪਲਾਜ਼ਮਾ ਬੈਂਕ ਦੀ ਗੱਲ ਕੀਤੀ, ਉਹ ਤਾਂ ਵਰਲਡ ਬੈਂਕ ਨੇ ਵੀ ਅਪਣਾ ਲਿਆ ਜੀ, ਬਹੁਤ ਸਾਰੇ ਦੇਸ਼ਾਂ ਨੇ ਅਪਣਾਇਆ, ਉਹਨੂੰ ਪੰਜਾਬ ਸਰਕਾਰ ਨੇ ਵੀ ਅਪਣਾ ਲਿਆ। ਪਰ ਹੁਣ ਜਦੋਂ ਅਸੀਂ ਆਕਸੀਮੀਟਰ ਲੈ ਕੇ ਆਉਂਦੇ ਹਾਂ ਅਤੇ ਆਕਸੀਮੀਟਰ ਦੇ ਵਿੱਚ ਉਹ ਸਿਆਸਤ ਘੋੜਦੇ ਨੇ ਜੀ, ਉਹ ਆਪ ਤਾਂ 50,000 ਦਾ ਆਰਡਰ ਦੇ ਬੈਠੇ ਨੇ ਅਤੇ ਸਾਨੂੰ 16-17,000 ਨਹੀਂ ਵੰਡਣ ਦਿੰਦੇ, ਇਹਦੇ ਬਾਰੇ ਤੁਹਾਡਾ ਕੀ? ਦੇਖੋ, ਆਕਸੀਮੀਟਰ ਦਾ ਅਸੀਂ ਨਹੀਂ ਖਿਲਾਫ਼ ਨਹੀਂ ਇਸ ਗੱਲ ਦੇ, ਪਰ ਆਕਸੀਮੀਟਰ ਨਾਲ ਟ੍ਰੀਟਮੈਂਟ ਜੀ, ਉਹ ਕੋਈ ਦਵਾਈ ਨਹੀਂ ਹੈ, ਇਹ ਤਾਂ ਉਹ ਇੰਸਟਰੂਮੈਂਟ ਹੈ ਇੱਕ ਜੀ। 20,000 ਜਾਂ 16,000 ਤੁਸੀਂ ਲਿਆ ਕੇ ਆਕਸੀਮੀਟਰ, ਤੁਸੀਂ 13,000 ਪਿੰਡ ਨੇ ਪੰਜਾਬ ਦੇ, ਕਿੱਡੇ ਕਿੱਡੇ ਸ਼ਹਿਰ ਨੇ ਪੰਜਾਬ ਦੇ ਵਿੱਚ ਜੀ ਜੀ, ਕੀ ਸਾਰਾ ਕਵਰ ਹੋ ਜੂਗਾ, ਕੋਈ ਇਲਾਜ ਆ? ਉਹ ਜਿਹੜੀ ਸਾਡੀ ਸਰਕਾਰ ਦੀ ਪੋਲਿਸੀ ਆ ਜੀ, ਇਹ ਉਹਨਾਂ ਨੇ ਸਿਰਫ ਤੋਂ ਸਿਰਫ ਰਾਜ ਤੋਂ ਪ੍ਰੇਰਿਤ ਹੈਗੀ ਆ ਕਿ ਲੋਕਾਂ ਨੂੰ ਜਾਵਾਂਗੇ ਜੀ ਅਸੀਂ ਆਕਸੀਮੀਟਰ ਦੇ, ਤਾਂ ਬੜੀ ਵੱਡੀ ਗੱਲ ਹੈ। ਪਰ ਜੇ ਇੱਕ ਘਰ ਦੇ ਵਿੱਚ 15 ਬੰਦੇ ਨੇ ਅਤੇ ਇੱਕ ਬੰਦਾ ਪੋਜ਼ਿਟਿਵ ਹੈਗਾ, ਉਹ ਸਾਰਿਆਂ ਦੇ ਉਂਗਲਾਂ 'ਚ ਫਸਾਈ ਜਾਣਾ ਹੈ, ਅਤੇ ਉਹ ਜਿਹੜਾ ਬੰਦਾ ਅਣਜਾਣ ਬੰਦੇ ਉਹਨੂੰ ਯੂਜ ਕਰ ਰਹੇ ਨੇ, ਤਾਂ ਕੀ ਉਹ ਸਹੀ ਹੋਏਗਾ? ਬਿਲਕੁਲ, ਜਿਹੜਾ ਸਾਡਾ ਮੈਡੀਕਲ ਸਟਾਫ ਜਾਂਦਾ, ਪੈਰਾਮੈਡੀਕਲ ਸਟਾਫ ਦੇ ਲੋਕ ਜਾਂ ਆਸ਼ਾ ਵਰਕਰ ANM ਜਾਂਦੀਆਂ ਨੇ ਜਾਂ ਫਾਰਮਾਸਿਸਟ ਜਾਂਦੇ ਨੇ ਪਿੰਡਾਂ 'ਚ, ਮਲਟੀਪਰਪਜ਼ ਹੈਲਥ ਵਰਕਰ ਜਾਂਦੇ ਨੇ, ਮੇਲ ਫੀਮੇਲ ਜਾਂਦੇ ਨੇ, ਉਹ ਬਕਾਇਦਾ ਹਰ ਵਾਰੀ ਸੈਨੇਟਾਈਜ਼ ਕਰਦੇ ਨੇ ਜੀ, ਟ੍ਰੇਨਡ ਸਟਾਫ ਆ ਜੀ, ਇੱਕ ਪੂਰਾ ਐਕਸਪਰਟ ਸਟਾਫ ਆ ਉਹ ਕਰਦਾ ਹੈਗਾ। ਲੇਕਿਨ ਤੁਸੀਂ ਕਿਹਨੂੰ ਸੈਂਟ ਬੰਦੇ ਨੂੰ ਫੜਾ ਦਿਓ, ਕਿੱਦਾਂ ਚਲਾਏਗਾ? ਜਿਹੜਾ 80-50,000 ਕਿੱਟ ਜਿਹੜੀ ਆ ਉਹ 80 ਜਿਹੜੇ ਬੰਦੇ ਪੋਜ਼ਿਟਿਵ ਟੈਸਟ ਆ ਗਿਆ, ਲੇਕਿਨ ਉਹ ਮਾਇਲਡ ਹੈਗੇ ਨੇ, ਉਹ ਘਰੇ ਆਈਸੋਲੇਟ ਉਹਨਾਂ ਨੂੰ ਕਰਨਾ ਹੈਗਾ, ਉਹਨੂੰ ਅਸੀਂ ਬਕਾਇਦਾ ਕੋਰਸ ਪੂਰਾ ਉਸ ਟ੍ਰੀਟਮੈਂਟ ਦਾ, ਯਾਨੀ ਉਸ ਬਿਮਾਰੀ ਦਾ ਅਸੀਂ ਦੇਵਾਂਗੇ ਜੀ ਜੀ, ਅਤੇ ਉਹ ਕਿੱਟ ਲੈ ਕੇ ਜਾਏਗਾ, ਉਹਦੇ ਵਿੱਚ ਹਰ ਤਰ੍ਹਾਂ ਦੀ ਮੈਡੀਸਨ ਹੋਏਗੀ ਜੀ ਜੀ, ਉਹਦੇ 'ਚ ਵਿਟਾਮਿਨ ਹੋਣਗੇ, ਇਮਿਊਨਿਟੀ ਬੂਸਟਰ ਹੋਏਗਾ, ਉਹਦੇ ਵਿੱਚ ਸੈਨੇਟਾਈਜ਼ਰ ਹੋਏਗਾ, ਉਹ 'ਚ ਮਾਸਕ ਵੀ ਹੋਣਗੇ, ਉਹ 'ਚ ਥਰਮਾਮੀਟਰ ਵੀ ਹੋਏਗਾ, ਆਕਸੀਮੀਟਰ ਵੀ ਹੋਏਗਾ। ਨਹੀਂ, ਇਹ ਜਿਹੜਾ ਮੰਨ ਲਓ ਜਿਹੜਾ ਬੰਦੇ ਨੂੰ ਕੋਈ ਮਾਈਲਡ ਪ੍ਰੋਬਲਮ ਆਉਂਦੀ ਆ, ਉਹਨੂੰ ਦਿੱਤੀ ਜਾਊਗੀ ਉਹਦੀ ਪਰਸਨਲ ਯੂਜ਼ ਲਈ, ਪਰਸਨਲ ਯੂਜ਼ ਲਈ, ਔਰ ਉਹਦੇ 'ਤੇ ਸਾਡਾ ਹੋਰ ਨਹੀਂ ਵਰਸਾ, ਹੋਰ ਨਹੀਂ ਵਰਸੇਗਾ ਜੀ ਜੀ। ਮੈਂ ਕਹਿੰਦਾ ਸਾਡਾ ਜਿਹੜਾ ਸਟਾਫ ਅਸੀਂ ਟੈਲੀਮੈਡੀਸਨ ਦਾ ਜਿਹੜਾ ਔਨਲਾਈਨ ਜਿਹੜਾ ਅਸੀਂ ਗੱਲ ਕਰਦੇ ਹਾਂ ਉਹਨਾਂ ਨੂੰ, ਅਤੇ ਉਹਨੂੰ ਉਹ ਵਾਰ ਵਾਰ ਉਹਦੇ ਨਾਲ ਗੱਲ ਕਰਦੇ ਰਹਿਣਗੇ, ਉਹ ਇੱਕ ਬੰਦੇ ਵਾਸਤੇ ਹੈ, ਅੱਛਾ, ਓਨਲੀ ਫੋਰ ਵਨ ਮੈਨ।
ਮਤਲਬ ਮੈਂ ਜੋ ਕੁਛ ਸਮਝਾਂ, ਮੈਂ ਬੇਨਤੀ ਕਰਾਂ ਜੀ ਤੁਹਾਨੂੰ, ਮੈਂ ਦੱਸ ਦਿਆਂ ਕਿ ਜਿੱਦਾਂ ਹੁਣ ਸਿੱਧੂ ਸਾਹਿਬ ਕਹਿ ਰਿਹਾ ਕਿ ਵੀ ਪੰਜਾਬ ਸਰਕਾਰ ਇਹ ਕਰਨ ਜਾ ਰਹੀ ਹੈ ਕਿ ਜਿਹੜੇ ਮਾਈਲਡ ਕੇਸਿਸ ਨੇ ਜਿਹਨਾਂ ਨੂੰ ਹੋਸਪਿਟਲ ਜਾਣ ਦੀ ਲੋੜ ਨਹੀਂ ਹੈ, ਉਹਨੇ ਹੋਮ ਕੁਆਰੰਟੀਨ ਹੋਣਾ, ਤਾਂ ਸਰਕਾਰ ਉਹਨੂੰ ਇੱਕ ਕਿੱਟ ਵੀ ਦਊਗੀ। ਇਹ ਫਰੀ ਆਫ ਕੋਸਟ ਹੈ ਜੀ ਕਿੱਟ? ਬਿਲਕੁਲ ਫਰੀ ਆਫ ਕੋਸਟ ਹੈ ਜੀ। ਅਤੇ ਉਹ ਜਿਹੜੀ ਕਿੱਟ ਹੈ, ਉਸ ਕਿੱਟ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਮੰਤਰੀ ਸਾਹਿਬ ਨੇ ਦੱਸੀਆਂ ਇਹ ਹੋਣਗੀਆਂ, ਤਾਂ ਜੋ ਉਹ ਘਰੇ ਹੀ ਆਪਣੇ ਆਪ ਨੂੰ ਦੇਖ ਸਕੇ। ਅਤੇ ਜੇ ਉਹਨੂੰ ਪ੍ਰੋਬਲਮ ਆਉਂਦੀ, ਮੰਨ ਲਓ ਕੋਈ ਉਹਦਾ ਨੁਕਸਾਨ ਹੁੰਦਾ ਜੀ, ਉਹਨੂੰ ਦੇਖੋ, ਜੇ ਉਹਨੂੰ 80 ਸਾਡਾ ਜਿਹੜਾ ਸਟਾਫ ਹੈਗਾ ਉਹਦੇ ਵਿੱਚ ਕਹਿੰਦਾ ਫੋਨ 'ਤੇ ਗੱਲ ਕਰਦੇ ਆ ਉਹਦੇ ਨਾਲ, ਉਹਨੂੰ ਉਹ ਵੀ ਫੋਨ ਕਰ ਸਕਦਾ, ਡਾਕਟਰ ਕਰ ਸਕਦਾ, ਉਹ ਸਾਡਾ ਡਾਕਟਰ ਸਾਡਾ ਖੁਦ ਪੁੱਛੇਗਾ ਉਹਨੂੰ। ਅੱਛਾ ਜੀ। ਕਿ ਤੁਹਾਨੂੰ ਕੋਈ ਪ੍ਰੋਬਲਮ ਤਾਂ ਨਹੀਂ? ਜਦੋਂ ਉਹਨੂੰ ਕੋਈ ਪ੍ਰੋਬਲਮ ਆਏਗੀ, ਸਮਝ ਲਓ ਵੀ ਉਹਦੀ ਪ੍ਰੋਬਲਮ ਵੱਧਦੀ ਆ ਜੀ, ਤਾਂ ਅਸੀਂ ਉਹ ਲੈਵਲ 2 ਜਾ ਜਾਂਦਾ, ਫਿਰ ਅਸੀਂ ਉਹਨੂੰ ਹੋਸਪਿਟਲ ਸ਼ਿਫਟ ਕਰਾਂਗੇ। ਓਕੇ, ਆਕਸੀਜਨ ਦੀ ਜ਼ਰੂਰਤ ਪੈਂਦੀ ਆ, ਆਕਸੀਜਨ ਉਹਦਾ ਜਿਹੜਾ ਲੈਵਲ ਘੱਟਦਾ ਜਾ ਰਿਹਾ ਹੈ, ਲੇਕਿਨ ਫਿਰ ਉਹਦਾ ਇਟ ਮੀਨਸ ਉਹਨੂੰ ਬਿਮਾਰੀ ਨੇ ਜਕੜ ਲਿਆ ਹੈਗਾ। ਬਿਲਕੁਲ ਸਹੀ। ਯਾਨੀ ਕਿ ਜਾਂ ਤਾਂ ਉਹ ਮਾਈਲਡ ਹੀ ਟ੍ਰੀਟਮੈਂਟ ਨਾਲ ਸੈੱਟ ਹੋ ਜਾਏ, ਜੇ ਨਹੀਂ ਹੁੰਦਾ ਤਾਂ ਫਿਰ ਹਸਪੀਟਲ ਜਾਣਾ। ਦੇਖੋ ਉਹਦਾ ਬੁਖਾਰ ਟੁੱਟ ਗਿਆ ਜੀ ਪਹਿਲੇ 2 ਦਿਨਾਂ 'ਚ ਜੀ ਜੀ ਜੀ, ਬਕਾਇਦਾ ਉਹ ਆਪਣੀ ਡਾਇਟ ਲੈਣੀ ਸ਼ੁਰੂ ਕਰਤੀ, ਉਹਨੇ ਪ੍ਰੋਪਰ ਡਾਇਟ ਖਾ ਰਿਹਾ ਹੈ। ਬਿਲਕੁਲ ਸਹੀ। ਅਤੇ ਪੂਰਾ ਉਹਨੇ ਕੁਆਰੰਟਾਈਨ ਕੀਤਾ ਹੋਇਆ, ਆਪਣਾ ਸਿੰਗਲ ਰੂਮ ਦੇ ਵਿੱਚ ਕੀਤਾ ਹੋਇਆ, ਪਰਿਵਾਰ ਉਹਦੀ ਬਾਹਰੋਂ ਪੂਰੀ ਪਰਵਰਿਸ਼ ਕਰ ਰਿਹਾ ਜੀ ਜੀ, ਅਤੇ ਬਕਾਇਦਾ ਉਹਨੂੰ ਜਿਹੜਾ ਫੂਡ ਦਿੱਤਾ ਜਾ ਰਿਹਾ ਉਹ ਵੀ ਬਕਾਇਦਾ ਜਿਹੜੇ ਬਰਤਨ ਡਿਸਪੋਜੇਬਲ ਹੁੰਦੇ ਉਹ ਦਿੱਤੇ ਜਾਂਦੇ ਆ। ਅੱਛਾ ਜੀ। ਘਰ ਦੇ ਭਾਂਡੇ ਨਹੀਂ ਵਰਤਣੇ? ਘਰ ਦੇ ਭਾਂਡੇ ਨਹੀਂ ਵਰਤਣੇ, ਉਹ ਭਾਂਡਾ ਮੁੜ ਕੇ ਇੱਕ ਜਿਹੜਾ ਬਾਇਓ ਵੇਸਟ ਹੁੰਦਾ ਹੈ ਉਹਦੇ ਵਿੱਚ ਪਾ ਕੇ ਰੱਖਿਆ ਜਾਊਗਾ, ਅਤੇ ਬਾਅਦ ਦੇ ਵਿੱਚ ਉਹ ਡਿਸਪੋਜ਼ ਕੀਤਾ ਜਾਊਗਾ। ਬਿਲਕੁਲ ਸਹੀ। ਅਤੇ ਜਿਹੜਾ ਸਾਰਾ ਡੱਬਰ ਹੀ ਹੋ ਗਿਆ ਤਾਂ ਸਾਰੇ ਡੱਬਰ ਨੂੰ ਵੱਖਰਾ ਵੱਖਰਾ ਦਿਆਂਗੇ। ਅੱਛਾ ਜੀ। ਅੱਛਾ, ਇੱਕ ਸਿੱਧੂ ਸਾਹਿਬ ਦੱਸਿਓ, ਮੈਂ ਸੁਣੀ ਸੀ ਗੱਲ ਕਿ ਸ਼ਾਇਦ ਜਿਹੜਾ ਕੋਈ ਮਾਤੜ ਧਮਾਤੜ ਬੰਦਾ ਜਿਹਦਾ, ਜਿਹਨੂੰ ਇਹ ਲੱਗਦਾ ਕਿ ਯਾਰ ਜੇ ਮੈਂ ਕਾਬੂ ਆ ਗਿਆ ਤਾਂ ਮੈਂ ਤਾਂ ਕੰਮ 'ਤੇ ਨਹੀਂ ਜਾਊਂਗਾ, ਜੇ ਕੰਮ 'ਤੇ ਨਾ ਗਿਆ ਤਾਂ ਨਿਆਣੇ ਕਿੱਦਾਂ ਪੜ੍ਹਨੇ ਆ, ਉਹਦੇ ਲਈ ਸ਼ਾਇਦ ਸਰਕਾਰ ਕੋਈ ਫੂਡ ਪੈਕੇਜ ਦੇਣ ਦੀ ਵੀ ਗੱਲ ਚੱਲ ਰਹੀ ਹੈ। ਉਹਦੇ 'ਚ ਇਹ ਹੈ ਕਿ ਅਸੀਂ ਜਿਹੜੇ ਲੋਕ ਵਿਚਾਰੇ ਰੋਜ਼ ਕਮਾਉਂਦੇ ਰੋਜ਼ ਖਾਂਦੇ ਆ ਜੀ, ਉਹ ਕੀ ਸੀਗੇ, ਉਹ ਦੱਸਦੇ ਨਹੀਂ ਸੀ, ਮਾੜਾ ਮੋਟਾ ਬੁਖਾਰ ਚੜ੍ਹ ਗਿਆ ਹੋਊਗਾ, ਇੱਕ ਮੈਡੀਸਨ ਪੈਰਾਸਟਾਮੋਲ ਲੈ ਲਈ, ਬੁਖਾਰ ਉਤਰ ਗਿਆ, ਫਿਰ ਚੱਲ ਪਏ ਜੀ, ਕਿਉਂਕਿ ਉਹਨਾਂ ਨੂੰ ਬਿਮਾਰੀ ਵੀ ਸਮਝ ਹੈਗੀ ਆ, ਪਰ ਉਹਨੂੰ ਪਰਿਵਾਰ ਦੀ ਚਿੰਤਾ ਵੱਧ ਹੁੰਦੀ ਆ। ਬਿਲਕੁਲ ਸਹੀ। ਵੀ ਰੋਟੀ ਕਿੱਥੋਂ ਖਾਵਾਂਗੇ? ਉੱਥੇ ਸਾਡੀ ਸਰਕਾਰ ਨੇ, ਸੀਐਮ ਸਾਹਿਬ ਨੇ ਫੈਸਲਾ ਲਿਆ ਕਿ ਉਹਨਾਂ ਵਾਸਤੇ ਬਕਾਇਦਾ ਕੁਕਡ ਫੂਡ ਜਿਹੜਾ ਹੈਗਾ ਜੀ, ਤੁਸੀਂ ਫੂਡ ਪੈਕਟ ਬਣਾ ਕੇ ਜਿਹਨਾਂ ਦਿਨ ਉਹਨਾਂ ਨੇ ਘਰ 'ਚ ਕੁਆਰੰਟਾਈਨ ਕੀਤਾ ਉਹਨਾਂ ਦੇ ਘਰੇ ਤੁਸੀਂ ਡੋਰ 'ਤੇ ਜਾ ਕੇ ਸਪਲਾਈ ਕਰੋਗੇ। ਇਹ ਸਪਲਾਈ ਹੁਣ ਮੇਰਾ ਖਿਆਲ ਕਾਂਗਰਸ ਪਾਰਟੀ ਦੇ ਵਰਕਰ ਕਰਨਗੇ? ਸਾਡੇ ਵਰਕਰ ਵੀ ਕਰਨਗੇ, ਸਾਡੇ MLA ਜਿਹੜੇ ਉਹ ਵੀ ਕਰਨਗੇ, ਪਲੱਸ ਜਿਹੜਾ DC ਦਾ ਪ੍ਰਸ਼ਾਸਨ ਹੈਗਾ ਉਹਨਾਂ ਨਾਲ ਆਸਮੇ ਦੋਨਾਂ ਤਾਲਮੇਲ ਹੋਏਗਾ। ਵੈਸੇ ਸਿੱਧੂ ਸਾਹਿਬ ਮੈਨੂੰ ਲੱਗਦਾ ਜੇ ਇਹ ਕੰਮ ਚੱਲਿਆ ਤਾਂ ਆਮ ਆਦਮੀ ਪਾਰਟੀ ਵਾਲਿਆਂ ਫਿਰ ਤੁਹਾਡੇ ਦੁਆਲੇ ਹੋ ਜਾਣਾ ਵੀ ਸਾਡੇ ਆਕਸੀਜਨ ਅਸੀਂ ਆਪ ਹੀ ਆਵਾਂਗੇ, ਉਹ ਬਕਾਇਦਾ ਇੱਕ ਬਕਾਇਦਾ ਕਿੱਟ ਵਾਲਾ ਬੰਦਾ ਜਾਏਗਾ ਜਿਹੜਾ ਪੂਰੀ ਪ੍ਰਿਕੋਸ਼ਨ ਨਾਲ ਜਾਏਗਾ। ਅੱਛਾ ਜੀ। ਤੇ ਆਮ ਹਰੇਕ ਬੰਦਾ ਨਹੀਂ ਫੂਡ ਲੈ ਕੇ ਜਾ ਸਕਦਾ? ਆਵੇ ਜਣਾ ਖੜਾ ਤੁਰੇਗਾ ਬਕਾਇਦਾ, ਉਹਦੇ ਜਿਹੜੇ ਫੂਡ ਬਣਨਾ ਉਹ ਵੀ ਪੂਰਾ ਹਾਈਜੈਨਿਕ ਹੋਏਗਾ। ਬਿਲਕੁਲ ਸਹੀ ਗੱਲ। ਉੱਥੇ ਪੂਰੀ ਪ੍ਰਿਕੋਸ਼ਨ ਲਈ ਜਾਏਗੀ, ਇਹ ਤਾਂ ਨਹੀਂ ਕਿ ਵੀ ਆਪਾਂ ਜਿੱਥੋਂ ਮਰਜ਼ੀ ਬਣਾ ਕੇ ਲੈ ਗਏ। ਈਵਨ ਅਸੀਂ ਤਾਂ ਉਹਨਾਂ ਨੂੂੰ ਇਹ ਵੀ ਕਿਹਾ ਵੀ ਤੁਸੀਂ ਘਰ ਦਾ ਖਾਣਾ ਵੀ ਜੇ ਕੋਈ ਹੋਸਪਿਟਲ 'ਚ ਵੀ ਆਉਂਦਾ ਹੈਗਾ, ਸਪੋਜ਼ ਉਹਦਾ ਮਨ ਵੀ ਘਰ ਦਾ ਖਾਣਾ ਖਾਣ ਦਾ ਹੈਗਾ, ਅਸੀਂ ਉਹ ਘਰੋਂ ਮੰਗਵਾ ਸਕਦਾ ਆਪਣਾ ਕੁਕਡ ਫੂਡ। ਅੱਛਾ ਜੀ। ਜ਼ਰੂਰੀ ਨਹੀਂ ਵੀ ਉੱਥੋਂ ਵਾਲੀ ਦਾਲ ਹੀ ਖਾਣੀ ਆ? ਉੱਥੋਂ ਦਾਲ ਖਾਣੀ ਆ, ਜਾਂ ਜੋ ਦੇਖੋ ਜੋ ਡਾਇਟ ਚਾਰਟ ਬਣਦਾ ਹੈਗਾ ਉਹ ਬਕਾਇਦਾ ਇੱਕ ਸਾਡਾ ਜਿਹੜੇ ਡਾਇਟੀਸ਼ਨ ਹੁੰਦੇ ਆ ਉਹ ਫਿਕਸ ਕਰਦੇ ਹੈਗੇ ਆ ਜੀ ਜੀ, ਵੀ ਇਹਨੂੰ ਕਿਹੜੀ ਕਿਹੜੀ ਚੀਜ਼ ਦੀ ਜ਼ਰੂਰਤ ਹੈਗੀ ਆ। ਹਾਂ, ਜੇ ਉਹ ਚਾਹੇ ਕਿ ਮੈਂ ਤਾਂ ਕਰਦਾ ਹੋ ਤਾਂ ਘਰੋਂ ਮੰਗਾ ਕੇ ਖਾ ਸਕਦਾ। ਅੱਛਾ ਸਿੱਧੂ ਸਾਹਿਬ, ਤੁਸੀਂ ਹੁਣ ਜਿੰਨੀਆਂ ਗੱਲਾਂ ਮੈਨੂੰ ਦੱਸੀਆਂ ਜਾਂ ਪ੍ਰੋਗਰਾਮ ਤੋਂ ਪਹਿਲਾਂ ਜਿੰਨੀਆਂ ਤੁਸੀਂ ਮੈਨੂੰ ਗੱਲਾਂ ਦੱਸੀਆਂ, ਮੈਨੂੰ ਉਹਦੇ ਤੋਂ ਇੱਦਾਂ ਲੱਗਿਆ ਕਿ ਆਪਣੇ ਤੌਰ 'ਤੇ ਤੁਸੀਂ ਜਾਂ ਸਰਕਾਰ ਬਹੁਤ ਕੁਝ ਕਰ ਰਹੀ ਹੈ, ਪਰ ਜਿਹੜਾ ਇੱਕ ਪ੍ਰਭਾਵ ਹੈ ਲੋਕਾਂ ਦੇ ਵਿੱਚ ਵੀ ਯਾਰ ਸਰਕਾਰ ਤੋਂ ਬਚੋ, ਸਰਕਾਰੀ ਹਸਪਤਾਲ ਤੋਂ ਬਚੋ, ਇਹਨੂੰ ਚੇਂਜ ਕਰਨ ਲਈ ਵੀ ਕੁਛ ਕਰ ਰਹੇ ਹਾਂ? ਦੇਖੋ, ਇੱਕ ਨਾ ਮੈਂ ਗੱਲ ਤੁਹਾਨੂੰ ਜ਼ਰੂਰ ਕਹੂੰਗਾ ਕਿ 80 ਤੋਂ ਬਾਅਦ ਜੀ, 1980 ਤੋਂ ਬਾਅਦ ਸਾਡਾ ਪੜ੍ਹਾਈ ਦਾ ਗ੍ਰਾਫ ਵੀ ਗਿਰਿਆ ਸੀ ਐਜੂਕੇਸ਼ਨ ਦਾ ਜੀ ਜੀ। ਉਦੋਂ ਪਹਿਲਾਂ ਸਾਡਾ ਗੌਰਮੈਂਟ ਸਕੂਲ ਦਾ ਲੈਵਲ ਬਹੁਤ ਉੱਚਾ ਹੁੰਦਾ ਸੀ ਜੀ ਜੀ ਜੀ। ਟੈਰਿਜ਼ਮ ਆਇਆ ਤਾਂ ਬਹੁਤ ਥੱਲੇ ਆ ਗਿਆ ਜੀ। ਹੋਸਪਿਟਲਾਂ ਦੇ ਵਿੱਚ ਵੀ ਇਹ ਪਹਿਲੀ ਵਾਰ ਹੋਇਆ ਕਿ ਡਾਕਟਰਾਂ ਉੱਤੇ ਬੋਝ ਪਿਆ ਜੀ, ਵੀ ਐਡੀ ਵੱਡੀ ਬਿਮਾਰੀ ਇੱਕ ਸਦੀ ਬਾਅਦ ਆਈ ਹੈ, ਅਤੇ ਉਹ ਜਿਹੜੇ ਹੋਸਪਿਟਲ ਸਰਕਾਰੀ ਸੀਗੇ ਉਹ ਖੁਦ ਹੀ ਬਿਮਾਰ ਹੋਏ ਪਏ ਸੀਗੇ। 10 ਸਾਲਾਂ ਦੇ ਵਿੱਚ ਉਹਨਾਂ ਨੇ ਕੋਈ ਡਾਕਟਰ ਨਹੀਂ ਭਰਤੀ ਕੀਤਾ ਜੀ, ਸਾਡੇ ਮਿੱਤਰਾਂ ਨੇ ਕੋਈ ਉਹਨਾਂ ਨੇ ਇੱਦਾਂ ਦਾ ਇਕੁਪਮੈਂਟ ਨਹੀਂ ਲਿਆ ਜਿਹੜਾ ਲੇਟੈਸਟ ਟੈਕਨੋਲੋਜੀ ਵਾਲਾ ਹੋਵੇ। ਅੱਛਾ ਜੀ। ਅਸੀਂ ਦੇਖੋ ਆਉਂਦਿਆਂ ਹੀ 4,500 ਬੰਦਾ ਤਾਂ ਮੈਂ NRHM 'ਚ ਭਰਤੀ ਕੀਤਾ, ਮੇਰੀ ਸਰਕਾਰ ਨੇ ਕੀਤਾ ਜੀ 3.5 ਸਾਲਾਂ 'ਚ। 4,000 ਬੰਦਾ ਅਸੀਂ ਹੁਣ ਭਰਤੀ ਕਰਨ ਜਾ ਰਹੇ ਹਾਂ, ਜਿਹਦੇ ਵਿੱਚੋਂ 928 ਡਾਕਟਰ ਨੇ, 428 ਸਪੈਸ਼ਲਿਸਟ ਨੇ ਜੀ, ਅਤੇ 500 ਮੈਡੀਕਲ ਅਫਸਰ ਨੇ। ਇਹ ਹੁਣ ਭਰਤੀ ਸ਼ੁਰੂ ਹੋ ਗਈ, ਸਟਾਰਟ ਹੋ ਗਿਆ। ਅੱਛਾ ਜੀ। ਅਸੀਂ ਈਵਨ ਕੋਈ 150 ਤੋਂ ਉੱਤੇ ਬੰਦੇ ਅਸੀਂ ਜਿਹੜੇ ਸਪੈਸ਼ਲਿਸਟ ਸੀ ਉਹਨਾਂ ਨੂੰ ਅਪੋਇੰਟਮੈਂਟ ਲੈਟਰ ਵੀ ਦਿੱਤੇ ਆ। ਠੀਕ ਹੈ ਜੀ। ਵਾਕਰ ਇੰਟਰਵਿਊ ਚੱਲਦੀ ਹੈ, ਬੱਚਿਆਂ ਦਾ ਬਕਾਇਦਾ ਮੈਟ 'ਤੇ ਆਉਂਦੇ ਨੇ,
ਫਿਰ ਉਹਦਾ ਐਕਸਪੀਰੀਅੰਸ ਹੁੰਦਾ ਜਿਹੜਾ ਬੱਚਾ ਮੈਟਦਾ ਉਹਨੂੰ ਅਸੀਂ ਵਨ ਲੈਟਰ ਦੇ ਜਾ ਰਹੇ ਹਾਂ ਜੀ। ਇਹ ਪਿੱਛੇ ਸਿੱਧੂ ਸਾਹਿਬ ਇੱਕ ਇਹ ਵੀ ਰੌਲਾ ਪਿਆ ਸੀ ਸ਼ਾਇਦ ਤਨਖਾਹ ਤੋਂ ਰੌਲਾ ਸੀ ਵੀ ਸਰਕਾਰ ਜਿਹੜੀ ਤਨਖਾਹ ਤਾਂ ਬਹੁਤ ਦੇਣ ਨੂੰ ਫਿਰਦੀ ਹੈ ਪਰ ਜਿਹੜਾ ਬੰਦਾ ਉਹ ਕਹਿੰਦਾ ਮੈਂ ਸਰਕਾਰੀ ਤੰਤਰ 'ਚ ਨਹੀਂ ਜੋਬ ਕਰਨੀ ਮੈਂ ਪ੍ਰਾਈਵੇਟ 'ਚ ਜਾਊਂ। ਨਹੀਂ ਉਹ ਪਤਾ ਕੀ ਸੀਗਾ, ਅਸੀਂ ਜਦੋਂ ਇਹਨਾਂ ਵੇਲੇ ਜਿਹੜਾ ਇੱਕ ਡਾਕਟਰ ਸੀਗਾ ਐਮਬੀਬੀਐਸ ਡਾਕਟਰ ਸੀ ਮੈਡੀਕਲ ਅਫਸਰ ਭਰਤੀ ਹੁੰਦਾ ਸੀ ਜੀ, ਉਹਨੂੰ ਸਿਰਫ 18,000 ਰੁਪਏ ਤਨਖਾਹ ਦਿੱਤੀ ਜਾਂਦੀ ਸੀ। ਅੱਛਾ ਜੀ, ਅਸੀਂ ਉਹਨੂੰ 60,000 ਤੱਕ ਕੀਤਾ। ਹੁਣ ਮਤਲਬ ਹੁਣ ਜਿਹੜਾ ਆਪਾਂ ਡਾਕਟਰ ਭਰਤੀ ਕਰ ਰਹੇ ਹਾਂ, ਹਾਂ ਉਹਨੂੰ 60,000, ਜਿਹੜਾ ਇੱਕ ਸਪੈਸ਼ਲਿਸਟ ਆ ਉਹਦੇ 1,00,000 ਰੁਪਏ ਤੋਂ ਹੋਏਗੀ ਤਨਖਾਹ। ਤੁਹਾਨੂੰ ਲੱਗਦਾ ਕਿ ਪ੍ਰਾਈਵੇਟ ਦੇ ਬਰਾਬਰ ਆਪਾਂ ਤਨਖਾਹ ਦੇਵਾਂਗੇ ਫਿਰ ਬੰਦਾ ਆਊਗਾ? ਫਿਰ ਬੰਦਾ ਆਊਗਾ। ਉਹ ਬੱਚਿਆਂ ਦੀ ਇੱਕ ਟ੍ਰੈਂਡ ਹੋ ਗਿਆ ਸੀਗਾ ਕਿ ਜਿਹੜੇ ਉਹ ਪ੍ਰਾਈਵੇਟ ਹੋਸਪਿਟਲ ਸੀ ਵੱਡੀਆਂ ਬਿਲਡਿੰਗਾਂ ਦੇਖ ਕੇ ਵੀ ਏਸੀ ਜੇ ਉਹ ਦੇਖ ਕੇ ਜੀ ਜੀ, ਯਾਨੀ ਉਹਦੇ ਨਾਲ ਕਾਫੀ ਸਾਡੇ ਬੱਚੇ ਜਿਹੜੇ ਬਾਹਰ ਵੀ ਜਾਣਾ ਸ਼ੁਰੂ ਹੋ ਗਏ ਸੀਗੇ। ਬਿਲਕੁਲ ਸਹੀ, ਜਿਹੜੇ ਡਾਕਟਰ ਸੀ ਕਾਫੀ ਬਾਹਰਲੇ ਮੁਲਕਾਂ ਨੂੰ ਪੜ੍ਹੇ ਸੀ। ਹਾਂ, ਲੇਕਿਨ ਹੁਣ ਇਸ ਕਾਹਦੇ ਠਹਿਰਾ ਆਇਆ, ਅਸੀਂ ਗ੍ਰੇਡ ਵੀ ਚੇਂਜ ਕਰਤੇ, ਅਸੀਂ ਉਹਦੀ ਫੈਸਿਲਿਟੀ ਵੀ ਵਧੀਆ ਬਣਾ ਰਹੇ ਹਾਂ। ਬਿਲਕੁਲ ਸਹੀ, ਔਰ ਈਵਨ ਜਿਹੜੇ ਓਟੀ ਵਗੈਰਾ ਨੇ ਜਾਂ ਉਹ ਸਾਰੇ ਸੈਂਟਰਲੀ ਅਸੀਂ ਕਰ ਰਹੇ ਹਾਂ, ਔਰ ਗੈਸ ਪਾਈਪਲਾਈਨ ਜਿਹੜੀ ਪੂਰੀ ਪਹਿਲਾਂ ਹੀ ਜਿਹੜੇ ਹੋਸਪਿਟਲ ਜਿੰਨੇ ਪਹਿਲੇ ਪੁਰਾਣੇ ਉਹਨੂੰ ਵੀ ਫਿੱਟ ਕਰ ਰਹੇ ਹਾਂ, ਜਿਹੜੇ ਨਵੇਂ ਸਾਰੇ ਪਹਿਲੇ ਸਿਸਟਮ ਬਣਾਤਾ ਹੈਗਾ ਕਿ ਵੀ ਉਹ ਇਹਨਾਂ ਕੋਈ ਦਿੱਕਤ ਨਾ ਆਵੇ। ਈਵਨ ਜਿਹੜਾ ਹੁਣ ਸਾਡੇ ਲਾਂਡਰੀ ਹੈ ਜਾਂ ਹੋਰ ਹੈ, ਇਹ ਚੀਜ਼ਾਂ ਵੀ ਅਸੀਂ ਇਸ ਤਰੀਕੇ ਨਾਲ ਕਰਨ ਲੱਗੇ ਹਾਂ ਕਿ ਇਹ ਤੁਹਾਨੂੰ ਇਹ ਮਹਿਸੂਸ ਹੀ ਨਾ ਹੋਵੇ ਕਿ ਮੈਂ ਪ੍ਰਾਈਵੇਟ ਹਸਪਤਾਲ 'ਚ ਪਿਆ ਹੈਗਾ, ਸਰਕਾਰੀ 'ਚ ਪਿਆ ਹੈਗਾ। ਇਹ ਕਰਨਾ ਵੀ ਪੈਣਾ ਕਿਉਂਕਿ ਇੱਥੇ ਚੰਦ ਦਿਨ ਪਹਿਲਾਂ ਆਮ ਆਦਮੀ ਪਾਰਟੀ ਦੇ ਜਿਹੜੇ ਦਿੱਲੀ ਦੇ ਪ੍ਰਭਾਰੀ ਨੇ, MLA ਵੀ ਨੇ ਉੱਥੋਂ ਦੇ, ਜਰਨੈਲ ਸਿੰਘ ਹੋਰੀ, ਉਹ ਇਸ ਚੀਜ਼ ਦੀ ਬੜੀ ਤਾਰੀਫ ਕਰਕੇ ਗਿਆ ਕਿ ਤੁਸੀਂ ਇੱਕ ਤਾਂ ਦਿੱਲੀ ਆ ਕੇ ਦੇਖੋ ਜੀ ਬੰਦੇ ਨੂੰ, ਉਹ ਕਹਿੰਦਾ ਮੈਂ ਪ੍ਰਾਈਵੇਟ 'ਤੇ ਨਹੀਂ ਜਾਣਾ, ਜਿਹੜਾ ਸਾਡਾ ਕੋਈ ਉੱਥੇ ਉਹਨਾਂ ਨੇ ਕਮਿਊਨਿਟੀ ਹੈਲਥ ਸੈਂਟਰ ਟਾਈਪ ਬਣਾਏ ਨੇ ਉਹਦੇ 'ਚ ਬੰਦਾ ਜਾਂਦਾ। ਪੰਜਾਬ ਸਰਕਾਰ ਨੇ ਕੁਛ ਇਹੋ ਜਿਹਾ ਸੋਚਿਆ? ਦੇਖੋ ਦਿੱਲੀ ਦਾ ਅਤੇ ਗੁਰਪ੍ਰੀਤ ਜੀ ਪੰਜਾਬ ਦਾ ਜ਼ਮੀਨ ਅਸਮਾਨ ਦਾ ਫਰਕ ਹੈ ਜੀ। ਦਿੱਲੀ ਸਿਰਫ 60 ਕਿਲੋਮੀਟਰ ਰੇਡੀਅਸ ਏਰੀਆ ਹੈ ਜੀ, ਪੰਜਾਬ 300 ਕਿਲੋਮੀਟਰ, ਜਿਹੜੇ ਪਾਸੇ ਮਰਜ਼ੀ ਵਗ ਜਾਓ 300 ਕਿਲੋਮੀਟਰ ਹੈਗਾ। ਬਿਲਕੁਲ ਸਹੀ, ਜਿਹੜੇ ਸਾਡੇ ਸ਼ਹਿਰ ਨੇ ਉੱਥੇ ਡਾਕਟਰ ਪੂਰੇ ਨੇ। ਹੁਣ ਅਸੀਂ 2960 ਹੈਲਥ ਬੈਲੈਂਸ ਸੈਂਟਰ ਖੋਲ੍ਹੇ ਨੇ ਪੰਜਾਬ 'ਚ, ਖੋਲ੍ਹਣੇ ਨੇ, 2000 ਖੋਲ੍ਹਤਾ ਹੈਗਾ। ਅੱਛਾ ਜੀ, ਉਹਦੇ 'ਚ ਕੀ ਕੀ ਹੁੰਦਾ? ਉਹਦੇ 'ਚ ਸਾਡੇ ਇੱਕ CHO ਅਤੇ ਕਮਿਊਨਿਟੀ ਹੈਲਥ ਅਫਸਰ ਹੋਏਗਾ ਜੀ, ਨਰਸਿੰਗ BSC ਨਰਸਿੰਗ ਹੋਏਗੀ, ਉਹਦੇ ਨਾਲ 2 ANM ਹੋਣਗੀਆਂ, ਆਸ਼ਾ ਵਰਕਰ ਹੋਣਗੀਆਂ ਜੀ, ਔਰ 27 ਤਰ੍ਹਾਂ ਦੀ ਮੈਡੀਸਨ ਉੱਥੇ ਹੋਏਗੀ। ਉੱਥੇ ਟੈਲੀਮੈਡੀਸਨ ਦਾ ਪ੍ਰਬੰਧ ਹੋਏਗਾ, ਉੱਥੋਂ ਉਹ ਜਿਹੜਾ ਪੇਸ਼ੈਂਟ ਆਏਗਾ ਉਹਦੀ ਸਾਰੀ ਹਿਸਟਰੀ ਲੈ ਕੇ ਉਹ ਅੱਗੇ ਸੈਂਡ ਕਰੇਗੀ, ਉੱਥੋਂ ਉਹਨੂੰ ਬਕਾਇਦਾ ਸੁਜੈਸਟ ਹੋ ਗਿਆ ਵੀ ਇਹਨੂੰ ਆਹ ਪ੍ਰੋਬਲਮ, ਇਹਨੂੰ ਆਹ ਦਵਾਈ ਦੇ ਦਿਓ। ਅੱਛਾ ਜੀ, ਉਹ ਬੜਾ ਅੱਛਾ ਕਾਮਯਾਬ ਸਿਸਟਮ ਚੱਲ ਰਿਹਾ। ਆ ਜਿਹੜਾ ਸਾਡਾ ਪ੍ਰੈਗਨੈਂਸੀ ਦਾ ਰਿਕਾਰਡ ਹੈ, ਜਿਹੜਾ ਹੁਣ ਪਿੱਛੇ ਜੇ ਜਿਹੜੇ ਪਿੰਡਾਂ 'ਚ ਲੋਕ ਸਾਨੂੰ ਜਾਣ ਤੋਂ ਲੋਕਾਂ ਦੇ ਰੋਕਦੇ ਸੀਗੇ ਜੀ ਜੀ ਜੀ, ਅਸੀਂ ਇੱਕ ਸਿਸਟਮ ਬਣਾ ਰਹੇ ਸੀ ਕਿ ਵੀ ਅਸੀਂ ਪੂਰੇ ਪੰਜਾਬ ਦਾ ਇੱਕ ਹੈਲਥ ਦਾ ਡਾਟਾ ਇਕੱਠਾ ਕਰੀਏ ਜੀ, ਕਿ ਪੰਜਾਬ 'ਚ ਕਿੰਨੀ ਪਾਪੂਲੇਸ਼ਨ ਜਿਹੜੀ ਕਿ ਜਿਹਨਾਂ ਨੂੰ ਹੋਰ ਬਿਮਾਰੀਆਂ ਨੇ, ਕਿਸੇ ਨੂੰ ਸ਼ੂਗਰ ਕਿੰਨਿਆਂ ਨੂੰ ਹੈ, ਹਾਈਪਰਟੈਂਸ਼ਨ ਬਲੱਡ ਪ੍ਰੈਸ਼ਰ ਕਿੰਨਿਆਂ ਨੂੰ ਹੈ, ਕਿਡਨੀ ਦੀ ਪ੍ਰੋਬਲਮ ਕਿੰਨਿਆਂ ਨੂੰ ਹੈ, ਕੈਂਸਰ ਦੀ ਕਿੰਨਿਆਂ ਨੂੰ ਹੈ, ਲੀਵਰ ਦੀ ਕਿੰਨਿਆਂ ਨੂੰ ਹੈ, ਜਾਂ ਜਿਹੜਾ ਬ੍ਰੇਨ 'ਚ ਕੋਈ ਸਟੋਕ ਸਟ੍ਰੋਕ ਹੈਗਾ ਉਹ ਕਿੰਨਿਆਂ ਨੂੰ ਹੈ ਜੀ ਜੀ, ਜਿਹੜੀ ਹਰ ਤਰ੍ਹਾਂ ਦੀ ਬਿਮਾਰੀ ਦਾ ਅਸੀਂ ਡਾਟਾ ਵੀ ਪਰਿਵਾਰ ਦੀ ਹਿਸਟਰੀ ਪੂਰੀ ਆ ਜੂਗੀ, ਅਤੇ ਤੁਸੀਂ ਇੱਕ ਨੰਬਰ ਦੇ ਦਿਓਗੇ ਪਾਸਵਰਡ, ਅਤੇ ਤੁਸੀਂ ਜਾ ਕੇ ਦੱਬੋਗੇ ਅਤੇ ਉਹ ਔਨਲਾਈਨ ਹੋਏਗਾ ਇਸ ਬੰਦੇ ਨੂੰ ਆਹ ਪ੍ਰੋਬਲਮ। ਹਾਂ, ਤੁਹਾਡਾ ਗੁਰਪ੍ਰੀਤ ਦਾ ਡਾਟਾ ਸਾਡੇ ਕੋਲ ਆ ਗਿਆ, ਤੁਸੀਂ ਏਅਰਪੋਰਟ ਤੋਂ ਜਾਓਗੇ ਤਾਂ ਵੀ ਤੁਹਾਡਾ ਟਿਕਟ ਟਿਕ ਕਰਕੇ ਤੁਹਾਡੇ ਸਾਹਮਣੇ ਆ ਜਾਊਗਾ ਵੀ ਇਹ ਪ੍ਰੋਗਰਾਮ ਚੱਲ ਰਿਹਾ ਜੀ ਵੀ ਚੱਲ ਰਿਹਾ ਸੀ ਚੱਲ ਰਿਹਾ ਜਿਹੜਾ ਪਿਛਲੇ ਦਿਨੀ ਫਿਰ ਉਹ ਰੌਲਾ ਸੀ ਪਿੰਡਾਂ 'ਚ, ਪੰਚਾਇਤਾਂ ਨੇ ਪਤੇ ਪਾ ਤੇ ਗੁਰਦੁਆਰਾ ਸਾਹਿਬ 'ਚੋਂ ਅਨਾਊਂਸਮੈਂਟ ਕਰਾ ਤੀ ਵੀ ਦੇਖਿਓ ਕਿਤੇ ਇਹੋ ਜਿਹੀ ਗੱਡੀ ਸਰਕਾਰੀ ਆਉਂਦੀ ਹੋਵੇ ਤਾਂ ਭਜਾ ਦਿਓ, ਫਿਰ ਉਹ ਇਸੇ ਕਰਕੇ ਸੀ ਜਿਹੜੇ ਉਹ ਸੀ। ਅਸੀਂ ਕੋਵਿਡ ਦੇ ਨਾਲ ਨਾਲ ਅਸੀਂ ਜਿਵੇਂ ਸਿਮਟਮ ਹੁੰਦੇ ਆ, ਕਿਸੇ ਨੂੰ TB ਦੇ ਸਿਮਟਮ ਹੈ, ਕਿਸੇ ਨੂੰ ਉਹ ਬੰਦਾ ਜਿਹੜਾ ਤੁਹਾਡਾ ਹੈਪੇਟਾਈਟਸ ਦਾ ਮਰੀਜ਼ ਹੈਗਾ ਹੈ ਜੀ ਜੀ, ਜਾਂ ਕਿਸੇ ਨੂੰ ਆਪਾਂ ਕਾਲਾ ਪੀਲੀਆ ਕਹਿ ਦਿੰਦੇ ਹਾਂ, ਬਿਲਕੁਲ, ਪਲੱਸ HIV ਪੋਜ਼ਿਟਿਵ ਹੋ ਗਿਆ ਜੀ ਜੀ, ਏਡਸ ਦਾ ਜਿਹੜਾ ਆਪਾਂ ਕਰਦੇ ਹਾਂ, ਉਹ ਚੀਜ਼ਾਂ ਅਸੀਂ ਸਾਰੇ ਡਾਟੇ ਲੈ ਰਹੇ ਸੀ ਕਿ ਜਿਹੜਾ ਅਸਥਮਾ ਕਿਹਨੂੰ ਹੈ, ਹਾਂਜੀ ਹਾਂਜੀ, ਕਈ 36 ਤਰ੍ਹਾਂ ਦੀਆਂ ਬਿਮਾਰੀਆਂ ਨੇ, ਖਾਂਸੀ ਜ਼ੁਕਾਮ ਕਿਸ ਤਰ੍ਹਾਂ ਦਾ ਹੈ, ਬੁਖਾਰ ਕਿਸ ਤਰ੍ਹਾਂ ਦਾ ਹੈ, ਉਹ ਚੀਜ਼ਾਂ ਸਾਰੇ ਕਰ ਰਹੇ ਸੀ ਜੀ ਜੀ ਜੀ, ਅਤੇ ਇਹਨਾਂ ਲੋਕਾਂ ਨੂੰ ਤਕਲੀਫ ਹੋ ਗਈ ਕਿ ਸਰਕਾਰ ਤਾਂ ਬਹੁਤ ਗਰਾਸਰੂਟ 'ਤੇ ਪਹੁੰਚ ਗਈ ਹੈ। ਜਿਹੜਾ ਕੰਮ ਅਸੀਂ ਇੱਕ ਮਹੀਨਾ ਪਹਿਲਾਂ ਸ਼ੁਰੂ ਕੀਤਾ ਸੀ ਉਹ ਕੱਲ੍ਹ ਸਟਾਰਟ ਕੀਤਾ ਹੈ, ਅਸੀਂ ਤਾਂ 3 ਮਹੀਨੇ ਪਹਿਲਾਂ ਸਟਾਰਟ ਕਰਤਾ ਸੀ ਜੀ ਜੀ, ਉਹ ਕੱਲ੍ਹ ਸਟਾਰਟ ਕੀਤਾ ਹੈ ਦਿੱਲੀ ਵਾਲਿਆਂ ਨੇ ਸਾਡੀ ਨਕਲ 'ਤੇ। ਅੱਛਾ ਜੀ, ਜਿਹੜੀ ਦਿੱਲੀ ਦੀ ਤੁਸੀਂ ਗੱਲ ਕਰਦੇ ਹੋ, ਉਹ ਜਿਹੜੇ ਕਿਊਸ ਬਣਾਏ ਨੇ ਇਹਨਾਂ ਨੇ ਚੈੱਕ ਕਰਨ ਵਾਸਤੇ, ਜਿਹੜੇ ਕਹਿੰਦੇ ਜੀ ਮੁਹੱਲਾ ਕਲੀਨਿਕ, ਹਾਂਜੀ ਮੁਹੱਲਾ ਕਲੀਨਿਕ, ਮੁਹੱਲਾ ਕਲੀਨਿਕ ਸੀਗਾ ਕਿ ਵੀ ਦਿੱਲੀ ਦੇ ਹਰ ਪੁਲ ਥੱਲੇ ਇੱਕ ਡਾਕਟਰ ਬਹਿ ਗਿਆ, ਕਿ ਦਿੱਲੀ ਡਾਕਟਰ ਤੁਹਾਨੂੰ ਪਤਾ ਦਿੱਲੀ ਬਹੁਤ ਵੱਡਾ ਸ਼ਹਿਰ ਹੈਗਾ ਜੀ ਜੀ ਜੀ, ਬੇਰੁਜ਼ਗਾਰੀ ਬਹੁਤ ਹੈਗੀ ਆ ਜੀ, ਅਤੇ ਉੱਥੇ ਉਹ ਬਹਿ ਗਿਆ ਆ ਕੇ, ਉਹਨੇ 4-5 ਚੈੱਕ ਕੀਤੇ ਜੀ, ਬੜਾ ਕਾਮਯਾਬ ਹੋ ਗਿਆ। ਲੇਕਿਨ ਇੱਦਾਂ ਨਹੀਂ ਹੋਏ, ਅਸੀਂ ਪ੍ਰੋਪਰ ਵੇ ਨਾਲ, ਅਸੀਂ ਹੁਣ ਜਿਹੜਾ PP ਮੋੜ 'ਤੇ
ਜਿਹੜੀ ਐੱਮ ਆਰ ਆਈ ਸਿਟੀ ਸਕੈਨ ਉਹ ਵੀ ਆਪਣੇ ਜਿਹੜੇ ਸੀਜੇ 'ਚ ਰੇਟ 'ਤੇ ਜਿਹੜਾ ਪੀ ਜੀ ਜਾਂ ਏਮਜ਼ ਰੇਟ ਤੈਅ ਕਰਨਗੇ ਉਸ ਰੇਟ 'ਤੇ ਅਸੀਂ ਉਹ ਪੀ ਪੀ ਮੋਡ 'ਤੇ ਲਿਆਉਣ ਲੱਗੇ ਹਾਂ ਆਪਣੇ ਜਿਹੜੇ ਮੇਜਰ ਹੋਸਪਿਟਲਾਂ ਦੇ ਵਿੱਚ ਸਾਰਿਆਂ ਦੇ ਸਾਰੇ ਪੰਜਾਬ 'ਚ ਸਾਰੇ ਪੰਜਾਬ ਇਹ ਬਹੁਤ ਰੌਲਾ ਜੀ ਤੁਸੀਂ ਕਰਦੇ ਹੋ ਇਹ ਕਰਦੇ ਹੈਗੇ ਅਸੀਂ ਇਹ ਪਰਮਾਤਮਾ ਦਾ ਸੁੱਖ ਰੱਖੇ ਇਹਦੋਂ ਖੜਾ ਛੁੱਟੇ ਅਗਲੇ 7 ਮਹੀਨਿਆਂ ਬਾਅਦ ਤੁਹਾਨੂੰ ਇਹ ਹੋਇਆ ਮਿਲੂਗਾ ਇਹ ਹੁਣ ਤੁਸੀਂ ਟੈਸਟਾਂ ਦਾ ਰੇਟ ਵੀ ਕਰਦਾ ਕਿਉਂਕਿ ਪਿਛਲੇ ਸਮੇਂ 'ਚ ਇੱਕੋ ਵੀ ਰੌਲਾ ਪਿਆ ਸੀ ਨਾ ਜੀ ਕੋਈ ਲੈਬੋਰਟਰੀ ਆ ਗਈ ਅਗਲਾ ਕਹਿੰਦਾ ਸੁੱਟ 4,000 ਸੁੱਟ 5,000 ਈਵਨ ਮੈਂ ਤੁਹਾਨੂੰ ਹੋਰ ਦੱਸ ਦਿੰਦਾ ਮੇਬੀ ਤੁਹਾਡੇ ਤੱਕ ਗੱਲ ਪਹੁੰਚੀ ਹੋਵੇ ਸਰਕਾਰੀ ਹੋਸਪਿਟਲ ਜੇ ਕੋਈ ਟ੍ਰੀਟ ਆਪਣਾ ਟੈਸਟ ਕਰਾਉਣ ਜਾਂਦਾ ਜੇ ਉਹਦੀ ਲਾਈਨ 'ਚ ਵਾਰੀ ਨਹੀਂ ਆਉਂਦੀ ਤਾਂ ਉੱਥੇ ਏਜੰਟ ਵੀ ਕਿਉਂਕਿ ਤੁਹਾਨੂੰ ਪਤਾ ਮਿਲ ਜਾਂਦੇ ਹੋਇਆ ਹੁਣ ਵੀ ਇੱਕ ਦੋ ਸ਼ਹਿਰ ਹੋਰ ਨੇ ਜੀ ਜਿੱਥੇ ਹੋਇਆ ਇਹ ਅਜੇ ਵੀ ਚੱਲਦਾ ਫਿਰ ਉਹਦੇ 'ਤੇ ਕੋਈ ਡੰਡਾ ਕਸਿਆ ਜੀ ਡੰਡਾ ਪੂਰਾ ਕਸੇ ਕਈ ਡਾਕਟਰ ਸਸਪੈਂਡ ਵੀ ਕੀਤੇ ਨੇ ਇਸ ਗੱਲ ਦੇ ਵਿੱਚ ਅਤੇ ਜਿਹੜੀਆਂ ਪ੍ਰਾਈਵੇਟ ਲੈਬ ਵਾਲੇ ਪ੍ਰਾਈਵੇਟ ਲੈਬ ਦੇ ਅਸੀਂ ਦੇਖੋ ਰੇਟ ਤੈਅ ਕਰਤਾ ਕਿ ਤੁਸੀਂ ਪਹਿਲਾਂ ਹੁੰਦਾ ਸੀ 3500 ਰੁਪਈਆ ਜੀ ਜੀ 4500 ਵੀ ਲੈਂਦੇ ਜਿਹੜੀ ਕਿੱਟ ਕਿੱਟ ਸੀ ਨਾ ਪਹਿਲਾਂ ਜਿਹੜੀ ਪੀ ਪੀ ਕਿੱਟ ਜਿਹਨੂੰ ਆਪਾਂ ਕਹਿੰਦੇ ਪਾਉਂਦੇ ਆ ਹਾਂਜੀ ਹਾਂਜੀ ਉਹ 1900+ ਰੁਪਏ ਦੀ ਸੀ ਜੀ ਲੇਕਿਨ ਹੌਲੀ ਹੌਲੀ 1000 ਤੇ ਆ ਗਈ ਉਹ ਜੀ ਜੀ ਜਿਹੜਾ ਨੈਕਸਟ ਸਟੈਂਡਰਡ ਹੋਗਾ ਸ਼ਾਇਦ ਉਹ 500-700 ਉੱਤੇ ਆ ਜਾਏਗਾ ਜੀ ਜਿਹੜਾ N95 ਮਾਸਕ ਜਿਹੜਾ ਉਹ ਜਿਹੜਾ ਕਿ 150-200 ਰੁਪਏ ਦਾ ਸੀ ਉਹ ਹੁਣ 40-50 ਰੁਪਏ ਤੇ ਆ ਜਾਏਗਾ ਜੀ 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 ਅੱਛਾ ਤੁਸੀਂ ਸਾਰੇ ਰੇਟ ਕੰਟਰੋਲ ਕਰ ਰਹੇ ਅੱਛਾ ਹੁਣ ਅਸੀਂ ਜਿਹੜਾ ਪ੍ਰਾਈਵੇਟ ਲੈਬ ਦਾ ਟੈਸਟ ਰੇਟ ਆ ਉਹ ਅਸੀਂ 2400 ਰੁਪਇਆ ਕਰਤਾ ਆਰ ਟੀ ਪੀ ਸੀ ਆਰ ਦਾ ਜਿਹੜਾ ਰੈਪਿਡ ਐਂਟੀਜਨ ਟੈਸਟ ਜਿਹੜਾ ਹੈਗਾ ਮੌਕੇ 'ਤੇ ਦੱਸਣ ਵਾਲਾ ਉਹ 250 ਰੁਪਏ ਰੇਟ ਅਸੀਂ ਫਿਕਸ ਕਰਤਾ ਹੈਗਾ ਓਕੇ ਉਹਦੇ ਸ਼ਾਇਦ ਉਹ ਵੀ ਸੀਗਾ ਕਿ ਸੈਂਪਲ ਜੇ ਕੋਈ ਘਰੋਂ ਕਿਸੇ ਨੇ ਦੇਣਾ ਤਾਂ ਉਹਦੇ 'ਚ ਅਸੀਂ ਪਹਿਲਾਂ 1000 ਰੁਪਇਆ ਸਰਵਿਸ ਚਾਰਜ ਰੱਖੇ ਸੀਗੇ ਜੀ ਹੁਣ ਉਹਨੂੰ ਅਸੀਂ ਕਹਿੰਦਾ ਤੁਸੀਂ ਆਪਸ ਮੈਂ ਨੈਗੋਸ਼ੀਏਸ਼ਨ ਕਰਕੇ ਜਿਹੜਾ ਬੰਦਾ ਕੋਲ ਇੰਨਾ ਦੇਖੋ ਰੈਪਿਡ ਨਾਲ ਬਹੁਤ ਟੈਸਟ ਹੋ ਜਾਂਦੇ ਆ ਬਿਲਕੁਲ ਸਹੀ ਜੇ ਤੁਸੀਂ ਇੱਕ ਮੁਹੱਲੇ ਚਲੇ ਗਏ ਇੱਕ ਮੁਹੱਲੇ ਤੁਸੀਂ 200 ਬੰਦੇ ਰਹਿੰਦੇ ਨੇ ਤਾਂ ਉਹਨਾਂ ਨੂੰ ਸ਼ਾਇਦ ਇਹ ਸਰਵਿਸ ਚਾਰਜ ਲੈਣ ਦੀ ਜ਼ਰੂਰਤ ਹੀ ਨਹੀਂ ਕਿਉਂ ਉਹਨਾਂ ਨੇ ਨਾ ਤਾਂ ਸੈਂਪਲ ਉੱਥੋਂ ਪੈਕ ਕਰਕੇ ਭੇਜਣਾ ਹੈ ਬਿਲਕੁਲ ਸਹੀ ਨਾ ਕੈਰੀ ਕਰਨਾ ਉਹ ਤਾਂ ਮੌਕੇ 'ਤੇ ਉੱਥੇ ਰਿਜ਼ਲਟ ਆ ਜਾਣਾ ਜੀ 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 ਠੀਕ ਹੈ ਨਾ ਉਹ 250 ਰੁਪਏ ਨਾਲ ਉਹਨਾਂ ਕਰਤਾ ਹੈਗਾ ਤੁਸੀਂ ਆਪਣੇ ਘਰ ਬੈਠ ਕੇ ਟੈਸਟ ਕਰਵਾ ਲਓ ਮੈਂ ਸਮਝ ਗਿਆ ਮੈਂ ਬੇਨਤੀ ਕਰਾਂ ਜੀ ਕਿ ਮੰਤਰੀ ਸਾਹਿਬ ਜਿਹੜੀਆਂ ਗੱਲਾਂ ਦੱਸ ਰਹੇ ਨੇ ਸ਼ਾਇਦ ਤੁਹਾਡੇ ਤੱਕ ਪਹਿਲਾਂ ਨਾ ਪਹੁੰਚੀਆਂ ਹੋਣ ਇਸੇ ਕਰਕੇ ਅਸੀਂ ਅੱਜ ਇਹਨਾਂ ਨੂੰ ਬੇਨਤੀ ਕੀਤੀ ਸੀ ਕਿ ਜ਼ਰੂਰ ਤੁਸੀਂ ਇਸ ਪਲੇਟਫਾਰਮ ਤੋਂ ਦੱਸੋ ਸੋ ਇਹ ਚੀਜ਼ਾਂ ਜਿੰਨੀਆਂ ਵੀ ਨੇ ਚਾਹੇ ਆਪਾਂ ਪਿੰਡਾਂ 'ਚ ਪਏ ਰੌਲੇ ਦੀ ਗੱਲ ਕਰੀਏ ਚਾਹੇ ਅਫਵਾਹਾਂ ਦੀ ਗੱਲ ਕਰੀਏ ਚਾਹੇ ਟੈਸਟਾਂ ਦੀ ਗੱਲ ਕਰੀਏ ਚਾਹੇ ਟੈਸਟਾਂ 'ਚ ਵੱਧ ਪੈਸੇ ਵੱਧ ਘੱਟ ਜਿਹੜੇ ਪੈਸੇ ਮੰਗੇ ਜਾਂਦੇ ਉਹਨਾਂ ਦੀ ਗੱਲ ਕਰੀਏ ਜਾਂ ਜਿਹੜੀ ਆਪਾਂ ਪ੍ਰਾਈਵੇਟ ਹੋਸਪਿਟਲਸ ਦੇ ਵਿੱਚ ਟੈਸਟਾਂ ਦੇ ਅਲੱਗ ਅਲੱਗ ਰੇਟ ਅਤੇ ਹੋਰ ਕਈ ਕੁਛ ਦੀ ਗੱਲ ਕਰੀਏ ਉਹ ਸਾਰੇ 'ਤੇ ਕੰਮ ਚੱਲ ਰਿਹਾ ਜਿਵੇਂ ਕਿ ਮੰਤਰੀ ਸਾਹਿਬ ਨੇ ਆਪਾਂ ਦੱਸਿਆ ਇੱਕ ਤੁਸੀਂ ਪੀ ਪੀ ਕਿੱਟਾਂ ਦੀ ਗੱਲ ਕੀਤੀ ਸੀ ਮੈਨੂੰ ਯਾਦ ਆਇਆ ਅੰਮ੍ਰਿਤਸਰ ਵਾਲੇ ਮੈਡੀਕਲ ਕਾਲਜ 'ਚ ਟਾਈਮ ਨਾਲ ਰੌਲਾ ਪੈ ਗਿਆ ਸੀ ਵੀ ਆਹ ਤਾਂ ਯਾਰ ਬਹੁਤ ਮਾੜੀ ਉਸ ਬੰਦੇ ਨੇ ਉਸ ਵੇਲੇ ਜਦੋਂ ਸ਼ੁਰੂਆਤ ਹੋਈ ਹੈ ਨਾ ਇਹਦੀ ਕੋਵਿਡ ਦੀ ਜੀ ਉਦੋਂ ਨਾ ਤਾਂ ਬਾਹਰੋਂ ਤੁਸੀਂ ਇੰਪੋਰਟ ਕਰ ਸਕਦੇ ਸੀ ਜੀ ਅਤੇ ਚਾਈਨਾ ਹੀ ਮੇਨ ਸਪਲਾਇਰ ਸੀਗਾ ਬਿਲਕੁਲ ਸਹੀ ਚਾਈਨਾ ਤੋਂ ਸਪਲਾਈ ਅਸੀਂ ਬੰਦ ਕਰਤੀ ਹਾਂਜੀ ਅਸੀਂ ਫਿਰ ਉਹ ਆਪਣੇ ਇੱਥੇ ਬਣਾਉਣੇ ਸ਼ੁਰੂ ਕਰਾਈਆਂ ਲੇਕਿਨ ਜਿਹੜੀ ਉਹ ਕੁਆਲਿਟੀ ਸੀ ਬੜੀ ਪੂਅਰ ਸੀ ਜੀ ਪਰ ਜਿਹੜੇ ਬੰਦੇ ਨੇ ਔਰਡਰ ਦਿੱਤਾ ਸੀ ਉਹ ਬੰਦੇ ਨੂੰ ਸਜ਼ਾ ਮਿਲੀ ਸਸਪੈਂਡ ਹੋਇਆ ਅਤੇ ਉਹਦੇ ਬਕਾਇਦਾ ਇਨਕੁਆਇਰੀ ਚੱਲ ਰਹੀ ਹੈ ਯਾਨੀ ਕਿ ਕਾਂ ਤੁਸੀਂ ਟੰਗਿਆ ਫੇਰ ਹੀ ਬਚਾ ਹੋਇਆ ਹਾਂ ਵੀ ਬਚਾ ਹੋਇਆ ਹੁਣ ਹੌਲੀ ਹੌਲੀ ਦੇਖੋ ਹੁਣ ਆਪਣੇ ਲੁਧਿਆਣਾ ਇੱਕ ਐਸੀ ਇੰਡਸਟਰੀ ਹੈ ਜੀ ਅਤੇ ਉਹ ਬੰਦੇ ਦਾ ਮਾਡਲ ਵੀ ਸ਼ਾਮ ਨੂੰ ਤਿਆਰ ਕਰ ਦੇਣਗੇ ਉਹਨਾਂ ਨੇ ਮਿੰਟੋ ਮਿੰਟੀ ਮਹੀਨੇ ਡੇਢ ਮਹੀਨੇ 'ਚ ਇੰਨੀ ਸਿਸਟਮ ਬਣਾਤਾ ਕਿ N95 ਵੀ ਡਿਵੈਲਪ ਕਰ ਲਿਆ ਜੀ ਅਤੇ 15 ਦਿਨਾਂ 'ਚ ਉਹਨਾਂ ਨੇ ਕਿੱਟ ਵੀ ਡਿਵੈਲਪ ਕਰਕੇ ਸਾਨੂੰ ਦਿੱਤੀ ਬਿਲਕੁਲ ਸਹੀ ਜਿਹੜੀ ਉੱਥੋਂ 1900 ਸਾਨੂੰ 1000 ਰੁਪਏ ਦਿੱਤੀ ਉਹਨਾਂ ਨੇ ਜੀ ਜੀ ਹੁਣ ਤਾਂ ਸੈਂਟਰ ਗੌਰਮੈਂਟ ਆਪ ਖੁਦ ਪ੍ਰੋਵਾਈਡ ਕਰ ਰਹੀ ਹੈ ਨਾ ਬਿਲਕੁਲ ਸਹੀ ਗੱਲ ਅੱਛਾ ਤੂੰ ਕਰ ਰਹੀ ਹੈ ਅੱਛਾ ਇੱਕ ਚੀਜ਼ ਸਿੱਧੂ ਸਾਹਿਬ ਮੈਂ ਤੁਹਾਨੂੰ ਪੁੱਛਣੀ ਚਾਹੁੰਦਾ ਹਾਂ ਕਿ ਸਕੂਲਾਂ ਬਾਰੇ ਇੱਕ ਬੜਾ ਭੰਬਲ ਭੂਸਾ ਜਿਹਾ ਹੈ ਕਿ ਵੀ ਕਿਉਂਕਿ ਕੇਂਦਰ ਸਰਕਾਰ ਦੀਆਂ ਹਦਾਇਤਾਂ ਇਹ ਆ ਵੀ 21 ਤਰੀਕ ਤੋਂ ਖੁੱਲ੍ਹ ਜਾਣੇ ਆ ਪੇਰੈਂਟਸ ਦੇ ਵਿੱਚ ਇਹ ਹੈ ਕਿ ਵੀ ਅਸੀਂ ਜਵਾਕ ਨੂੰ ਭੇਜੀਏ ਨਾ ਭੇਜੀਏ ਹਾਲਾਂਕਿ ਉਹਦੇ ਵਿੱਚ ਇਹ ਕਿਹਾ ਗਿਆ ਕਿ ਕੰਸੈਂਟ ਲੈਟਰ ਤੁਹਾਨੂੰ ਦੇਣਾ ਪਏਗਾ ਪਹਿਲਾਂ ਕਿ ਵੀ ਅਸੀਂ ਆਪਣੇ ਬੱਚੇ ਨੂੰ ਭੇਜਣਾ ਚਾਹੁੰਦੇ ਕਿ ਨਹੀਂ ਪੰਜਾਬ ਸਰਕਾਰ ਇਹਦੇ ਬਾਰੇ ਕਹਿੰਦੀ ਹੈ ਕਿਉਂਕਿ 30 ਤੱਕ ਤਾਂ ਸ਼ਾਇਦ ਬੰਦ ਹੀ ਹੈ 30 ਤੱਕ ਤਾਂ ਲੋਕਡਾਊਨ ਹੈਗਾ ਲੇਕਿਨ ਇਹਦੇ 'ਚ ਗੁਰਪ੍ਰੀਤ ਜੀ ਅਸੀਂ ਪਰਮਾਤਮਾ ਕਰੇ ਕਿ ਵੀ 30 ਤੱਕ ਅਸੀਂ ਇਹਦੇ ਕੋਈ ਕੰਟਰੋਲ ਕਰ ਲੈਂਦੇ ਹਾਂ ਜੀ ਤਾਂ ਵੀ ਬਿਮਾਰੀ ਦਾ ਥੱਲੇ ਨੂੰ ਗ੍ਰਾਫ ਸ਼ੁਰੂ ਗਿਰ ਜਾਂਦਾ ਹੈ ਤਾਂ ਅਸੀਂ ਤਾਂ ਜ਼ਰੂਰ ਸਕੂਲ ਤੋਂ ਦੇਖੋ ਇਸ ਵੇਲੇ ਬਹੁਤ ਇੰਪੋਰਟੈਂਟ ਮੁੱਦਾ ਹੈਗਾ ਇਹ ਔਰ ਜ਼ਰੂਰੀ ਵੀ ਹੈ ਬੱਚਿਆਂ ਦਾ ਕੈਰੀਅਰ ਦਾ ਸਵਾਲ ਹੈ ਫਿਊਚਰ ਦਾ ਸਵਾਲ ਹੈ ਬਹੁਤ ਸਾਰੇ ਬੱਚਿਆਂ ਨੇ ਡਿਗਰੀ ਕਰਨੀ ਆ ਵਿਚਾਰੇ ਘਰੇ ਬੈਠੇ ਨੇ ਬਹੁਤ ਸਾਰੇ ਫੈਡਅਪ ਹੋਏ ਨੇ ਅਤੇ ਇਹ ਬੜਾ ਜ਼ਰੂਰੀ ਹੈ ਪਰ ਲਾਈਫ ਪਹਿਲਾਂ ਹੈਗੀ ਬਾਕੀ ਗੱਲਾਂ ਸਾਰੀਆਂ ਸੈਕੰਡਰੀ ਹੁੰਦੀਆਂ ਨੇ ਜੀ ਇੱਕ ਚੀਜ਼ ਸਿੱਧੂ ਸਾਹਿਬ ਮੈਂ ਪੁੱਛਣੀ ਚਾਹੁੰਦਾ ਤੁਹਾਨੂੰ ਕਿ ਵੀ ਜਿਹੜੇ ਆਮ ਥੱਲੇ ਕੰਮ ਕਰਨ ਵਾਲੇ ਵਰਕਰ ਨੇ ਨਾ ਜੀ ਉਹਨਾਂ ਦੇ ਸੰਬੰਧਿਤ ਪ੍ਰੈਸ਼ਰ ਵਾਲੀਆਂ ਪਿਛਲੇ ਦਿਨ ਹੀ ਕੁਛ ਆਡੀਓ ਵਾਇਰਲ ਹੋਈਆਂ ਸੀ ਜਿਹਦੇ 'ਚ ਕਿਹਾ ਜਾਂਦਾ ਸੀ ਵੀ ਆਸ਼ਾ ਵਰਕਰਸ ਨੂੰ ਸਰਕਾਰ ਧੱਕੇ ਨਾਲ ਕਹਿੰਦੇ ਵੀ ਤੁਸੀਂ ਟੈਸਟ ਕਰਾਓ ਜੀ ਟੈਸਟ ਲੈ ਕੇ ਆਉਂਦੇ ਨੇ ਸ਼ਾਇਦ ਮੇਬੀ ਤੁਹਾਡੇ ਤੱਕ ਵੀ ਪਹੁੰਚੀ ਹੋਈ ਉਹ ਕੀ ਚੱਕਰ ਸੀਗਾ ਉਹਨਾਂ ਦੇਖ ਉਹ ਪਤਾ ਕੀ ਸੀ ਇੱਕ ਉਹ ਵੀ ਸਿਆਸੀ ਸਟੰਟ ਹੈਗਾ ਜਿਵੇਂ ਗੁਰਦੁਆਰਿਆਂ 'ਚ ਅਨਾਊਂਸਮੈਂਟ ਕੌਣ ਕਰਵਾਉਂਦੇ ਸੀਗੇ ਉਹ ਸਾਡੇ ਭਰਾ ਹੀ ਕਰਵਾਉਂਦੇ ਸੀ ਜੀ ਪਿੰਡ 'ਚ
ਪਿੰਡ 'ਚ 200 ਬੰਦਾ ਇਕੱਠਾ ਹੋ ਗਿਆ ਜਾਂ 50 ਬੰਦਿਆਂ ਸਾਈਨ ਕਰਤੇ, ਸਰਪੰਚ ਨੇ ਪਿੰਡ ਤੋਂ ਵੋਟਾਂ ਲਈਆਂ ਹੁੰਦੀਆਂ ਨੇ, ਹਾਂਜੀ, ਉਹਨੂੰ ਮਜ਼ਬੂਰੀ ਵਾਸਤੇ ਸਾਈਨ ਕਰਨੇ ਪੈਂਦੇ ਨੇ, ਕਿਸੇ ਸਰਕਾਰੀ ਰਿਕਾਰਡ 'ਤੇ ਪਤਾ ਨਹੀਂ ਪਿਆ ਕਿਤੇ ਵੀ ਇਹੋ ਜਿਹਾ ਕੁਝ। ਅੱਛਾ, ਇੱਕ DMC ਵਾਲਾ ਵੀ ਕਲੀਅਰ ਕਰ ਦਿਓ, ਪਿਛਲੇ ਦਿਨ ਇੱਕ ਆਡੀਓ ਵਾਇਰਲ ਹੋਈ ਸੀ ਨਾ ਵੀ ਕੋਈ, ਮੇਰਾ ਖਿਆਲ ਇੱਧਰ ਡੱਲੇ ਸਾਈਡ ਦਾ ਕੋਈ ਬੰਦਾ ਸੀ ਅਤੇ ਉਹ ਇੱਕ ਥਾਣੇਦਾਰ ਦੇ ਨਾਲ ਫੋਨ 'ਤੇ ਗੱਲ ਕਰ ਰਿਹਾ, ਉਹ ਕਹਿੰਦਾ ਵੀ ਮੇਰੇ ਸਾਹਮਣੇ ਉਹਨਾਂ ਨੇ ਇੱਕ ਬੀਬੀ ਨੂੰ ਪਤਾ ਨਹੀਂ ਨਾਲੀ ਲਾ ਤੀ, ਫਿਰ ਉਹਨੂੰ ਮਾਰਤਾ, ਤੁਸੀਂ ਵਧੀਆ ਕੀਤਾ ਨਾਲੀ ਨਹੀਂ ਪਵਾਈ, ਤੁਸੀਂ ਬਚ ਕੇ, ਮੇਬੀ ਤੁਹਾਡੇ ਤੱਕ ਵੀ ਆਡੀਓ ਪਹੁੰਚੀ। ਮੈਂ ਇੱਕ ਜਿਹੜਾ ਚੈਨਲ ਇੱਕ ਅਮਰੀਕਾ ਦੇ ਵਿੱਚ ਹੈਗਾ ਜੀ ਜੀ, ਜਿਹੜਾ ਕਿ ਉਹ ਸਾਰਾ ਗੁਮਰਾਹ ਨੂੰ ਪ੍ਰਚਾਰ ਉਹੀ ਕਰ ਰਿਹਾ ਹੈਗਾ ਜੀ ਜੀ ਜੀ, ਲੇਕਿਨ ਕੋਈ ਇੱਦਾਂ ਦਾ, ਪਹਿਲੀ ਗੱਲ ਤਾਂ ਗੁਰਪ੍ਰੀਤ ਜੀ ਬਣਾਈਆਂ ਗਈਆਂ ਚੀਜ਼ਾਂ, ਇਹ ਡਾਕਟਰ ਇੱਕ ਪਰਮਾਤਮਾ ਦਾ ਰੂਪ ਹੁੰਦਾ ਹੈ ਜੀ ਜੀ। ਤੁਸੀਂ ਹੋਸਪਿਟਲ, ਇੱਕ ਤਾਂ ਤੁਸੀਂ ਜਾਣਦੇ ਹੋ ਵੀ ਹੋਸਪਿਟਲ, ਤੁਸੀਂ ਤੁਹਾਨੂੰ ਪਤਾ ਲੱਗ ਗਿਆ ਜਿਵੇਂ ਚੰਡੀਗੜ੍ਹ ਦੇ ਲੋਕ ਨੇ ਪੜ੍ਹੇ ਲਿਖੇ ਨੇ ਜਾਂ ਜਲੰਧਰ ਦੇ ਲੋਕ ਨੇ ਪੜ੍ਹੇ ਲਿਖੇ ਨੇ ਜੀ, ਉਹ ਲੋਕ ਜਦੋਂ ਪਤਾ ਲੱਗੇ ਸ਼ੱਕ ਆ ਰਹੀ ਹੈ ਤਾਂ ਮਤਲਬ ਕਹਿੰਦੇ ਵੀ ਨੇੜੇ ਮਾੜਾ ਮੋਟਾ ਪ੍ਰੋਬਲਮ ਹੈ, ਚੈੱਕ ਕਰਾਈਏ ਜੀ ਜੀ ਜੀ। ਇੱਕ ਬੰਦਾ ਕਹਿੰਦਾ ਕੋਈ ਨਹੀਂ, ਸ਼ੱਕਾਂ ਤਾਂ ਆਮ ਹੀ ਲੱਗਦੀਆਂ ਰਹਿੰਦੀਆਂ ਨੇ, ਬਿਲਕੁਲ, ਜ਼ੁਕਾਮ ਤਾਂ ਆਮ ਹੀ ਹੋ ਜਾਂਦਾ, ਬੁਖਾਰ ਵੀ ਆਮ ਹੀ ਹੋ ਜਾਂਦਾ, ਅੱਜ ਕੱਲ੍ਹ ਫਲੂ ਹੈਗਾ ਜੀ, ਇਹ ਤਾਂ ਇਹ ਹੋ ਗਿਆ ਹੋਣਾ, ਮਲੇਰੀਆ ਹੋ ਗਿਆ, ਮੱਛਰ ਲੜ ਗਿਆ ਹੋਣਾ ਜੀ। ਉਹ ਕਈ ਬੰਦੇ ਬਹੁਤ ਜ਼ਿਆਦਾ ਸਿੱਕ ਹੋਣ ਤੋਂ ਬਾਅਦ ਹੋਸਪਿਟਲ ਆਉਂਦੇ ਨੇ ਜੀ 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 ਜੀ। ਲਾਸਟ ਡੇ 'ਤੇ ਆ ਕੇ ਹੋਸਪਿਟਲ, ਜਿਵੇਂ ਚੰਡੀਗੜ੍ਹ ਦਾ DO ਸੀਗਾ ਜੀ, ਹਾਲਾਂਕਿ ਮੇਰਾ OSD ਡਾਕਟਰ ਬਲਵਿੰਦਰ ਸਿੰਘ, ਉਹਦੀ ਵਾਈਫ ਅਤੇ ਸ਼ਾਇਦ ਉਹ ਪ੍ਰਿੰਸੀਪਲ ਹੈ ਬਈ, ਅਤੇ ਉਹਨਾਂ ਨੂੰ ਬਕਾਇਦਾ ਉਹਨਾਂ ਨੇ ਕਿਹਾ ਵੀਰਵਾਰ ਨੂੰ, ਉਹਨਾਂ ਨੇ ਪਿਛਲੇ ਵੀਰਵਾਰ ਨੂੰ ਉਹਨਾਂ ਨੂੰ ਇਹ ਪ੍ਰੋਬਲਮ ਆਈ ਕਿ ਵੀ ਉਹਨਾਂ ਨੂੰ ਬੁਖਾਰ ਚੜਿਆ, ਲੇਕਿਨ ਉਹਨਾਂ ਨੇ ਪਰਵਾਹ ਨਹੀਂ ਕੀਤੀ ਉਹਦੀ ਜੀ, ਉਹਨਾਂ ਨੇ ਕਿਹਾ ਵੀ ਤੈਨੂੰ ਹੋਸਪਿਟਲ ਅਸੀਂ ਦਾਖਲ ਕਰਾ ਦਿੰਦੇ ਹਾਂ, ਤੂੰ ਆ ਜਾ ਘਰੇ, ਕਹਿੰਦਾ ਕੋਈ ਗੱਲ ਨਹੀਂ, ਔਰ ਉਹ ਘਰੇ ਰਿਹਾ, ਉਹ ਫਰਾਈਡੇ ਸ਼ਾਮ ਨੂੰ ਘਰੇ ਰਿਹਾ ਅਤੇ ਸੈਟਰਡੇ ਸਵੇਰੇ ਉਹਦੀ ਡੈਥ ਹੋ ਗਈ, ਮਤਲਬ ਕਹਿਣ ਦੇ ਬਾਵਜੂਦ ਵੀ ਹੋਸਪਿਟਲ ਨਹੀਂ ਗਿਆ, ਹੋਸਪਿਟਲ ਨਹੀਂ ਗਿਆ। ਇਹੋ ਜਿਹੇ ਬਹੁਤ ਸਾਰੇ ਕੇਸ ਹੁੰਦੇ ਜਿਹੜੇ ਕਿ ਬੰਦੇ ਬਿਲਕੁਲ ਡੈਥ ਪੁਆਇੰਟ 'ਤੇ ਹੁੰਦੇ ਨੇ, ਉਹ ਹੋਸਪਿਟਲ ਆਉਂਦੇ ਨੇ, ਬਿਲਕੁਲ ਸਹੀ ਗੱਲ। ਅਤੇ ਕਈ ਜਿਹੜੇ ਇਹ ਜਿਹੜੀ ਇਹ ਚੀਜ਼ਾਂ ਨੇ ਵੀ ਨਾਲ ਹੀ ਲਾਤੀ ਜਾਂ ਹੋ ਗਿਆ, ਕਿਸੇ ਕੋਈ ਪਰਮਾਤਮਾ ਤੋਂ ਬਾਅਦ ਜਿਹੜਾ ਕੋਈ ਦੂਜਾ ਨਾ ਡਾਕਟਰ ਦਾ ਜੀ ਜੀ ਜੀ, ਜਿਹਦੇ ਭਰੋਸਾ ਆਪਾਂ ਕਰ ਸਕਦੇ ਹਾਂ, ਬਿਲਕੁਲ ਸਹੀ। ਲੇਕਿਨ ਮੈਂ ਨਹੀਂ ਕਹਿੰਦਾ ਡਾਕਟਰ ਸਾਰੇ ਬਹੁਤ ਚੰਗੇ ਹੋਣਗੇ, ਉਸਦਾ 1-2% ਇੱਦਾਂ ਦੇ ਹੋ ਵੀ ਸਕਦੇ ਨੇ, ਪਰ ਇਹਨਾਂ ਹਾਲਾਤਾਂ ਦੇ ਵਿੱਚ ਆਪਾਂ ਇਹ ਬੰਦਿਆਂ ਨੇ ਜਿਹਨੇ ਲੜਾਈ ਫਰੰਟ ਲਾਈਨ 'ਤੇ ਜਾ ਕੇ ਲੜੀ ਹੈ, ਚਾਹੇ ਉਹ ਆਸ਼ਾ ਵਰਕਰ ਸੀ, ਚਾਹੇ ਉਹ ਵਾਰਡ ਬੋਆਏ ਸੀ, ਚਾਹੇ ਉਹ ਸਵੀਪਰ ਸੀ, ਚਾਹੇ ਉਹ ਪੈਰਾਮੈਡੀਕਲ ਸਟਾਫ ਸੀ, ਚਾਹੇ ਸਟਾਫ ਨਰਸ ਸੀ, ਚਾਹੇ ਡਾਕਟਰ ਸੀ, ਚਾਹੇ ਹੋਰ ਪ੍ਰਸ਼ਾਸਨ ਦੇ, ਹੁਣ ਤਾਂ ਪੁਲਿਸ ਦੇ ਬੰਦੇ ਵੀ ਤਾਂ ਕੋਵਿਡ ਦੀ ਭੇਂਟ ਚੜ੍ਹੇ ਨੇ ਜੀ ਜੀ, ਬਾਕੀ ਪ੍ਰਸ਼ਾਸਨ ਦੇ ਬੰਦੇ ਵੀ ਤਾਂ ਭੇਂਟ ਚੜ੍ਹੇ ਨੇ, ਜਿਹੜੇ ਵਿਚਾਰੇ ਕਰਦੇ ਸਾਡੇ ਇੱਕ ਕੁੜੀ ਹੁੰਦੀ ਸੀ ਆਪਣੇ DMO ਲੁਧਿਆਣੇ, ਉਹ ਆਪ ਪੋਜ਼ਿਟਿਵ ਹੋਈ, ਉਹਨੇ ਆਪਣੇ ਉਹ ਬੇਟੀ ਤੋਂ ਮਾਂ ਦਾ ਦੁੱਖ ਸਹਾਰ ਨਹੀਂ ਹੋਇਆ ਅਤੇ ਬੇਟੀ ਦੇ ਜਵਾਈ ਵੀ ਪੋਜ਼ਿਟਿਵ ਹੋ ਗਏ। ਹਾਂਜੀ ਹਾਂਜੀ। ਅਤੇ ਸਾਡੇ ਕਾਗੜ ਸਾਹਿਬ ਦੇ ਉੱਥੇ ਸਾਹਮਣੇ ਸਾਡੇ ਰੰਧਾਵਾ ਸਾਹਿਬ, ਅਰੋੜਾ ਸਾਹਿਬ ਹਰੇ ਕੱਲ੍ਹ ਤੱਕ ਪੋਜ਼ਿਟਿਵ ਸੀਗੇ, ਬਿਲਕੁਲ ਸਹੀ ਗੱਲ। ਜਿਹੜੇ ਬੰਦੇ ਫਰੰਟ ਲਾਈਨ 'ਤੇ ਆ ਕੇ ਲੋਕਾਂ ਨੂੰ ਮਿਲਦੇ ਨੇ, ਲੜਦੇ ਨੇ, ਉਹਨਾਂ ਨੂੰ ਪ੍ਰੋਬਲਮ ਕਿਤੇ ਹੋ ਸਕਦੀ ਹੈ। ਲੇਕਿਨ ਜੇ ਤੁਸੀਂ ਕਹੋਗੇ ਫਿਰ ਜਿਹੜੇ 2 UP ਦੇ ਮਿਨਿਸਟਰ ਵੀ ਮਰ ਗਏ, ਦੂਜੀ ਗੱਲ ਸਾਡਾ ਜੇ ਏਦਾਂ ਹੋਇਆ ਤਾਂ ਅਰੁਣ ਕੁਮਾਰ ਜਿਹੜਾ ਸ਼ਰਮਾ ਸਾਡਾ SMO ਸੀਗਾ ਅੰਮ੍ਰਿਤਸਰ, ਉਹ ਵੀ ਵਿਚਾਰਾ ਗੱਡੀ ਚੜਿਆ, ਫਿਰ ਕੁੜੀ ਲੋਹਗੜ੍ਹ ਪਿੰਡ ਆ ਬਰਨਾਲੇ ਡਿਸਟ੍ਰਿਕਟ ਦੇ ਵਿੱਚ, ਮੈਂ ਕੱਲ੍ਹ ਉਹਦੇ ਪਰਿਵਾਰ ਨੂੰ 50 ਲੱਖ ਦਾ ਜਿਹੜਾ ਬੀਮਾ ਦੇ ਕੇ ਹਟਿਆ, ਅਤੇ ਉਹ ਗਈ ਆਰਾਮ ਸਿੰਘ ਸੀ ਸਾਡੇ ਨਾਲ ਹੀ ਪਿੰਡ ਉਗੋਕੇ ਦਾ, ਬਰਨਾਲੇ ਕੋਲ ਪਿੰਡ ਉਗੋਕੇ, ਮੈਂ ਉਹਦੇ ਘਰ ਵੀ ਜਾ ਕੇ ਆਇਆ। ਅਤੇ ਲੇਕਿਨ ਜਿਹੜਾ ਇਹ ਇੱਦਾਂ ਦਾ ਗੁੰਮਰਾਹ ਹੁਣ ਪ੍ਰਚਾਰ ਹੈ, ਇਹ ਸਾਡੇ ਇਨੋਸੈਂਟ ਬੰਦਿਆਂ ਨੂੰ ਖਰਾਬ ਕਰਦੇ ਨੇ। ਤੁਹਾਨੂੰ ਲੱਗਦਾ ਵੀ ਇਹਦੇ ਵਿੱਚ ਸਿਆਸਤ ਰਲੀ ਹੈ? ਕੁੱਲ ਮਿਲਾ ਕੇ ਬਿਲਕੁਲ ਬਿਲਕੁਲ ਕੁੱਲ ਮਿਲਾ ਕੇ ਜਿਹੜਾ ਆਕਸੀਮੀਟਰ, ਇਹ ਵੀ ਸਿਆਸਤ ਤੋਂ ਪ੍ਰੇਰਿਤ ਹੈ। ਅੱਛਾ, ਇੱਕ ਸਵਾਲ ਮੇਰੇ ਦਿਮਾਗ 'ਚ ਹੋਰ ਆਉਂਦਾ ਸੀ, ਪਿੱਛੇ ਜੇ ਸਰਕਾਰ ਨੇ ਵੀ ਕਿਹਾ ਸੀ ਵੀ ਜਿਹੜਾ ਕੋਈ ਮਾਤੜ ਧਮਾਤੜ ਬੰਦਾ, ਕਿਉਂਕਿ ਉਹ ਸ਼ਾਇਦ ਲੇਬਰ ਵਾਲਾ ਮਹਿਕਮਾ ਵੀ ਤੁਸੀਂ ਦੇਖਦੇ ਹੋ, ਉਹਦੇ 'ਚ ਕੁਛ ਗਰੀਬਾਂ ਨੂੰ ਪੈਸੇ ਦੇਣ ਦੀ ਗੱਲ ਸੀ, ਉਹਦਾ ਕੀ ਸਟੇਟਸ ਹੈ ਜੀ? ਉਹਦੇ ਅਸੀਂ ਪਹਿਲਾਂ ਦੇਖੋ ਜੀ, ਸਾਡੇ ਕੋਲ 3,18,000 ਜਿਹੜੇ ਰਜਿਸਟਰਡ ਵਰਕਰ ਨੇ ਕੰਸਟਰਕਸ਼ਨ ਬੋਰਡ ਦੇ ਜੀ, ਜਿਹੜੇ ਕਿ ਵਿਚਾਰੇ ਦਿਹਾੜੀਆਂ ਕਰਦੇ ਨੇ, ਰਾਜ ਮਿਸਤਰੀ ਨੇ, ਕਾਰਪੈਂਟਰ ਨੇ, ਜਿਹੜੇ ਪਲੰਬਰ ਹੁੰਦੇ ਨੇ, ਹੋਰ ਹੁੰਦੇ ਨੇ, ਹਾਂਜੀ ਹਾਂਜੀ, ਜਾਂ ਰਾਜ ਮਜ਼ਦੂਰ ਹੈਗੇ ਨੇ, ਉਹਨਾਂ ਨੂੰ ਅਸੀਂ ਜਦੋਂ ਇਹ ਲੋਕਡਾਊਨ ਹੋਇਆ ਤਾਂ 3,000-3,000 ਰੁਪਇਆ 2 ਵਾਰੀ ਅਕਾਊਂਟ 'ਚ ਪਾਇਆ। ਅੱਛਾ ਜੀ, ਅਤੇ ਜਿਹੜੇ ਰਜਿਸਟਰਡ ਨੇ? ਹਾਂ, ਰਜਿਸਟਰਡ ਨੇ ਜੀ ਜੀ, ਬਕਾਇਦਾ ਉਹਨਾਂ ਦਾ ਥੱਲੋਂ ਕਮੇਟੀਆਂ ਐਸਟੀਐਮ ਲੈਵਲ ਤੋਂ ਸ਼ੁਰੂ ਹੋ ਕੇ ਬਣ ਕੇ ਉੱਤੇ ਪਾਸ ਹੋ ਗਏ ਨੇ। ਜਿਹੜੇ ਹੁਣ ਜਿਹੜੇ ਬੰਦੇ ਕੋਵਿਡ ਦੇ ਵਿੱਚ ਬੰਦੇ ਪੋਜ਼ੀਟਿਵ ਹੋ ਗਏ, ਜਿਹੜੇ ਵਰਕਰ ਨੇ, ਉਹਨਾਂ ਨੂੰ 1,500-1,500 ਰੁਪਏ ਦੇਣ ਦਾ ਸਰਕਾਰ ਨੇ ਫੈਸਲਾ ਕੀਤਾ ਹੈ। ਠੀਕ ਹੈ ਜੀ, ਵੀ ਜਿਹੜਾ ਕੋਵਿਡ ਦਾ ਪੇਸ਼ੈਂਟ, ਜਿਵੇਂ ਹੁਣ 8-10 ਦਿਨ ਦਾ ਕੋਰਸ ਹੈਗਾ, ਹਾਂਜੀ ਹਾਂਜੀ, ਅਤੇ ਉਹਨੂੰ ਰੋਟੀ ਤਾਂ ਘਰੇ ਫ੍ਰੀ ਜਾਣੀ ਜਾਣੀ ਹੈ, ਬਿਲਕੁਲ, ਅਤੇ ਪਲੱਸ ਉਹਨੂੰ 1,500 ਰੁਪਇਆ ਬਾਕੀ ਪਰਿਵਾਰ ਵਾਸਤੇ ਵੀ ਦਿੱਤਾ ਹੈਗਾ। ਅੱਛਾ, ਇਹ ਵੀ ਆਪਾਂ ਸਕੂਲ ਦੇ? ਹਾਂ ਹਾਂ। ਅੱਛਾ, ਇਹ ਸਾਰੀਆਂ ਗੱਲਾਂ ਬਾਤਾਂ ਦੇ ਵਿੱਚ ਹੁਣ ਜੋ ਮੈਨੂੰ ਤੁਹਾਡੇ ਤੋਂ ਗੱਲ ਸਮਝ ਆ ਰਹੀ ਵੀ ਕਰ ਸਰਕਾਰ ਕੁਛ ਬਹੁਤ ਰਹੀ ਹੈ, ਜਦੋਂ ਤੁਸੀਂ ਖੁਦ ਮੰਨਿਆ ਕਿ ਕਿੱਥੇ 1,200 ਟੈਸਟ ਹੁੰਦਾ ਸੀ, ਕਿੱਥੇ 2,500 ਨੂੰ ਉੱਪੜ ਗਏ, ਸਾਰੀਆਂ ਚੀਜ਼ਾਂ ਜੋ ਜੋ ਤੁਹਾਡੇ ਤੱਕ ਫੀਡਬੈਕ ਪਹੁੰਚੀ ਤੁਸੀਂ ਉਸ ਹਿਸਾਬ ਨਾਲ ਚੇਂਜ ਕੀਤਾ, ਪਰ ਤੁਸੀਂ ਇਹ ਮਹਿਸੂਸ ਨਹੀਂ ਕਰਦੇ ਕਿ ਆਮ ਲੋਕਾਂ ਤੱਕ ਇਹ ਸਾਰੀ ਗੱਲ ਉੱਦਾਂ ਨਹੀਂ
ਜਾਂ ਤਾਂ ਉਹ ਫੈਡਅਪ ਹੋ ਜਾਂਦੇ ਨੇ ਜਾਂ ਜਿੱਦਾਂ ਤੁਸੀਂ ਕਿਹਾ ਕਿ ਸਿਆਸੀ ਤੌਰ 'ਤੇ ਫੈਡਅਪ ਕਰ ਦਿੱਤੇ ਜਾਂਦੇ। ਇਸ ਪ੍ਰਚਾਰ ਲਈ ਵੀ ਕੁਛ ਕਰ ਰਹੇ ਹੋ ਤੁਹਾਡੇ ਮਹਿਕਮੇ ਵੱਲੋਂ ਵੀ ਲੋਕਾਂ ਤੱਕ? ਅਸੀਂ ਬਕਾਇਦਾ ਅੱਜ ਅਖਬਾਰਾਂ ਰਾਹੀਂ ਮੈਂ ਤੁਹਾਡੇ ਕੋਲ ਰੂਬਰੂ ਹੋਇਆ ਜੀ, ਮੈਂ ਤੁਹਾਡੇ ਰਾਹੀਂ ਲੋਕਾਂ ਨੂੰ ਸੁਨੇਹਾ ਦੇਣਾ ਜਿਹੜੇ ਬਾਹਰਲੇ ਲੋਕ ਬੈਠੇ ਨੇ ਜਾਂ ਤੁਹਾਡਾ ਚੈਨਲ ਬਹੁਤ ਪਾਪੂਲਰ ਹੈਗਾ ਜੀ, ਕਿ ਉਹ ਆਪਣੇ ਜਿੰਨੇ ਵੀ ਲਿੰਕਸ ਦੇ ਵਿੱਚ ਬੰਦੇ ਹੈਗੇ ਨੇ ਉਹਨਾਂ ਨੂੰ ਇਹ ਗੱਲ ਸਮਝਾਉਣ, ਇਹ ਮਹਾਂਮਾਰੀ ਇਕੱਲੇ ਪੰਜਾਬ ਦੀ ਨਹੀਂ ਹੈ, ਇਹ ਪੂਰੇ ਸੰਸਾਰ ਦੀ ਹੈਗੀ ਆ, ਔਰ ਇਹਦਾ ਐਂਡ ਡੈਥ ਹੈਗੀ ਆ ਹੈਗਾ। ਜੇ ਤੁਸੀਂ ਬਚਣਾ ਤਾਂ ਸਾਨੂੰ ਪ੍ਰੀਕੋਸ਼ਨ ਲੈਣੇ ਪੈਣੇ, ਸਰਕਾਰ ਦੀ ਗਾਈਡਲਾਈਨ ਤੱਕ ਸਾਨੂੰ ਚੱਲਣਾ ਪੈਣਾ। ਬਿਲਕੁਲ ਸਹੀ ਅਤੇ ਇਹ ਇਸ ਵਕਤ ਜੇ ਤੁਸੀਂ ਕੋਈ ਆਪਣੇ ਤੌਰ 'ਤੇ ਕੋਈ ਸਟ੍ਰਿਕਟ ਗੱਲ ਕਰਨੀ ਚਾਹੋ, ਮਤਲਬ ਜਿਹੜੀ ਥੋੜ੍ਹੀ ਜਿਹੀ ਗੱਲ ਉਹਨਾਂ ਨੂੰ ਮੈਂ ਦੱਸਣਾ ਚਾਹੁੰਦਾ ਹੈ ਕਿ ਬਾਕੀ ਸਟੇਟਾਂ ਨੇ ਕਿਸੇ ਨੇ ਵੀ ਈਵਨ ਜਿਹੜੀ ਪੀ ਜੀ ਸੀ ਉਹਨੇ ਵੀ ਆਪਣੀ ਓ ਪੀ ਡੀ ਬੰਦ ਕਰਕੇ ਰੱਖੀ ਹੋਈ ਆ। ਹਾਂਜੀ ਹਾਂਜੀ ਹਾਂਜੀ। ਅਸੀਂ ਇਹ ਚੱਲਦੇ ਹੋਏ ਇੱਕ ਤਾਂ ਅਸੀਂ ਔਨਲਾਈਨ ਸਿਸਟਮ ਰੱਖਿਆ ਹੋਇਆ ਜੀ ਜੀ, ਇਹ ਔਨਲਾਈਨ ਵਾਲਾ ਥੋੜ੍ਹਾ ਕਲੀਅਰ ਕਰ ਦਈਏ, ਇਹ ਟੈਲੀਮੈਡੀਸਨ ਦਾ ਹੈਗਾ ਕਿ ਬੰਦਾ ਫੋਨ ਕਰ ਸਕਦਾ 104 ਨੰਬਰ ਤੇ ਜੀ, ਉਹ ਬਕਾਇਦਾ ਐਪ ਬਣੀ ਹੋਈ ਆ ਜੀ ਜੀ ਜੀ, ਹਾਂ ਉੱਥੇ ਉਹਨੂੰ ਸਾਡਾ ਡਾਕਟਰ ਬੈਠਾ ਹੋਏਗਾ ਅਤੇ ਉਹਦੇ 'ਚ ਅਸੀਂ 9,19,000 ਬੰਦਿਆਂ ਨੂੰ ਔਨਲਾਈਨ ਅਸੀਂ ਟ੍ਰੀਟਮੈਂਟ ਦਿੱਤਾ ਹੈਗਾ ਹੁਣ ਤੱਕ, ਯਾਨੀ ਕਿ ਅਪ੍ਰੈਲ ਤੋਂ ਲੈ ਕੇ ਜੀ ਜੀ ਜੀ, ਔਰ 62,34,576 ਬੰਦਿਆਂ ਨੂੰ ਅਸੀਂ ਜਿਹੜੀ ਜਨਰਲ ਓ ਪੀ ਡੀ ਜਿਹੜੀ ਆਮ ਚੱਲਦੀ ਸੀ ਪੀ ਐੱਚ, ਅਸੀਂ ਕੋਵਿਡ ਜਿਹੜੇ ਸੈਂਟਰ ਉਹ ਵੱਖਰੇ ਬਣਾਏ ਨੇ ਜੀ ਜੀ, ਜਿਹੜੇ ਆਮ ਹੋਸਪਿਟਲਾਂ ਦਾ ਰੂਟੀਨ ਦਾ ਕੰਮ ਆ ਉਹ ਵੀ ਨਾਲ ਨਾਲ ਪੈਰਲ ਚੱਲਦਾ ਰਿਹਾ ਜੀ 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 ਜੀ, ਔਰ ਇਹ ਬੜਾ ਵੱਡਾ ਅੰਕੜਾ ਹੈਗਾ ਅਤੇ 3,43,000 ਬੰਦਿਆਂ ਨੂੰ ਜਿਹੜਾ ਅਸੀਂ ਇਨਡੋਰ ਜਿਹੜੇ ਸਾਡੇ ਕੋਲ ਦਾਖਲ ਸੀ ਹਸਪਤਾਲ 'ਚ ਮਰੀਜ਼ ਸੀਗੇ ਜਿਹੜੇ ਉਹ ਵੀ ਸਾਡੇ ਕੋਲ ਰਹੇ, ਔਰ 163 ਜਿਹੜੀਆਂ ਸਾਡੇ ਕੋਲ ਪ੍ਰੈਗਨੈਂਟ ਵਾਲੀ ਲੇਡੀ ਰਜਿਸਟਰਡ ਸੀਗੀਆਂ, ਜਿਨ੍ਹਾਂ ਦੇ ਵਿੱਚੋਂ ਕਾਫੀ ਜਿਹੜੀਆਂ ਵਿਚਾਰੀਆਂ 181 ਦੇ ਕਰੀਬ ਪੋਜ਼ਿਟਿਵ ਸੀਗੀਆਂ, 170 ਡਿਲੀਵਰੀਆਂ ਵੀ ਬੜੀਆਂ ਕਾਮਯਾਬੀ ਨਾਲ ਹੋਈਆਂ ਉਹਨਾਂ ਦੀਆਂ ਜੀ, ਜਿਹੜਾ ਕਿ ਇਹ ਚਲੋ ਕਾਮਯਾਬੀ ਹੈ, ਪਰ ਮੈਂ ਇਹ ਚਾਹੁੰਦਾ ਸੀ ਕਿ ਵੀ ਹੁਣ ਸਾਡੇ ਮਾਧਿਅਮ ਰਾਹੀਂ ਤੁਸੀਂ ਜਿਨ੍ਹਾਂ ਨੂੰ ਦਬਕਾ ਮਾਰਨਾ ਦਬਕਾ ਵੀ ਮਾਰ ਦਿਓ, ਜਿਨ੍ਹਾਂ ਨੂੰ ਬੇਨਤੀ ਕਰਨੀ ਉਹ ਵੀ ਕਰ ਦਿਓ, ਤਾਂ ਜੋ ਜੇ ਤੁਸੀਂ ਆਏ ਹੋ ਉਸ ਬਾਬ ਨਾਲ ਤਾਂ, ਕਿਉਂਕਿ ਮੈਨੂੰ ਬਹੁਤ ਸਾਰੀਆਂ ਗੱਲਾਂ ਤੁਹਾਡੇ ਤੋਂ ਜਾਣ ਕੇ ਵੀ ਜਾਂ ਆਪਣੇ ਗੱਲਾਂ ਬਾਤਾਂ ਦੇ ਵਿੱਚੋਂ ਨਿਕਲੀਆਂ ਹੋਣਗੀਆਂ ਵੀ ਸ਼ਾਇਦ ਇਨਫੋਰਮੇਸ਼ਨ ਥੱਲੇ ਲੈਵਲ ਤੱਕ ਪਹੁੰਚੀ ਨਹੀਂ। ਮੈਂ ਗੁਰਪ੍ਰੀਤ ਜੀ ਦਬਕੇ ਵਾਲੀ ਗੱਲ ਨਹੀਂ ਕਰਦਾ, ਜਿਹੜੇ ਬੰਦੇ ਕਾਨੂੰਨ ਦੇ ਖਿਲਾਫ਼ ਜਾ ਕੇ ਕੰਮ ਕਰਨਗੇ ਉਹਦੇ ਖਿਲਾਫ਼ ਬਣ ਦੀ ਕਾਰਵਾਈ ਜ਼ਰੂਰ ਕੀਤੀ ਜਾਊਗੀ। ਬਿਲਕੁਲ ਸਹੀ, ਉਹ ਚਾਹੇ ਇੱਥੇ ਬੈਠੇ ਹੋਣ ਚਾਹੇ ਬਾਹਰ ਬੈਠੇ ਹੋਣ ਜੀ, ਉਹਨਾਂ ਨੂੰ ਸਾਰਿਆਂ ਨੂੰ ਪਤਾ ਸਾਡੇ ਰੂਟਸ ਕਿੱਥੇ ਨੇ ਜੀ 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 ਜੀ। ਸਰਕਾਰ ਕੋਲ ਇੰਨਾ ਸਿਸਟਮ ਹੈਗਾ ਕਿ ਸਾਡੇ ਇੱਕ ਬੰਦੇ ਨੇ ਆਸਟ੍ਰੀਆ ਤੋਂ ਗਲਤ ਪੋਸਟਾਂ ਪਾਉਣੀ ਸ਼ੁਰੂ ਕਰਤੀ ਜੀ ਜੀ, 3 ਘੰਟੇ ਉਸਦਾ ਹਰ ਘਰ ਬਾਰ ਟਰੇਸ ਕਰ ਲਿਆ ਜੀ, ਵੀ ਕਿੱਥੋਂ ਚੱਲੀ ਗੱਲ ਉਹਦਾ ਮਿੰਟੋ ਮਿੰਟ ਹੀ ਲੱਭ ਲਿਆ, ਅਤੇ ਉਹ ਸਾਡੇ ਕੋਲ ਸਾਰਾ ਕੁਛ ਰਿਕਾਰਡ 'ਤੇ ਹੈਗਾ, ਅਸੀਂ ਕਿਸੇ ਨੂੰ ਇਹਨਾਂ ਨੂੰ ਜਿਹੜੇ ਇੱਦਾਂ ਸਮਾਜ ਦੇ ਦੁਸ਼ਮਣ ਬਖਸ਼ਣਾ ਕਿਸੇ ਨੂੰ ਨਹੀਂ ਹੈ। ਤੁਸੀਂ ਹੁਣੇ ਕਿਹਾ ਦਬਕਾ ਨਹੀਂ ਮਾਰਨਾ, ਨਾਲੇ ਮਾਰ ਵੀ ਦਿੱਤਾ, ਨਹੀਂ ਉਹ ਕਾਨੂੰਨੀ ਕਰਾਵਾਈ, ਕਾਨੂੰਨੀ ਕਾਰਵਾਈ ਚਲੋ ਵਧੀਆ, ਕਾਨੂੰਨ ਦੇ ਸਕਰਜੋ ਕੋਈ ਬਚ ਨਹੀਂ ਸਕਦਾ, ਬਿਲਕੁਲ ਕਾਨੂੰਨ ਤੋਂ ਵੱਡਾ ਕੋਈ ਨਹੀਂ ਹੈ। ਬਿਲਕੁਲ ਸਹੀ, ਪਰ ਦੂਜੀ ਮੈਂ ਤੁਹਾਡੇ ਲਈ ਅਪੀਲ ਕਰਨੀ ਚਾਹੁੰਦਾ ਸਾਰਿਆਂ ਨੂੰ ਜੀ ਜੀ, ਕਿ ਵੀ ਪੂਰੀ ਸਿਨੇਮਰ ਅਪੀਲ ਹੈ ਮੇਰੀ, ਹੰਬਲ ਰਿਕੁਐਸਟ ਨੂੰ ਕਹਿੰਦੇ ਆਪਾਂ, ਕਿ ਇਹ ਸਮਾਂ ਬੜਾ ਭਿਆਨਕ ਹੈ ਜੀ, ਇਸ ਸਮੇਂ ਸਾਨੂੰ ਸਾਰਿਆਂ ਨੂੰ ਇਤਿਹਾਸ ਵਰਤਣ ਦੀ ਜ਼ਰੂਰਤ ਹੈ ਅਤੇ ਸਾਨੂੰ ਸਾਰਿਆਂ ਨੂੰ ਸਮਝਾਉਣ ਦੀ ਲੋੜ ਹੈ, ਜਿਹੜੇ ਸਾਡੇ ਇਨੋਸੈਂਟ ਬੰਦੇ ਨੇ ਉਹਨਾਂ ਦੀ ਜ਼ਿੰਦਗੀ ਦਾ ਖਿਲਵਾੜ ਕਰਨ ਦਾ ਸਮਾਂ ਨਹੀਂ ਹੈ। ਬਿਲਕੁਲ ਸਹੀ, ਅਸੀਂ ਜਦੋਂ ਇੱਕ ਵੀ ਬੰਦੇ ਦੀ ਡੈਥ ਹੁੰਦੀ ਹੈ ਤਾਂ ਸਾਡੇ CM ਸਾਹਿਬ ਨੂੰ ਚਿੰਤਾ ਹੁੰਦੀ ਹੈ, ਸਾਨੂੰ ਸਾਰਿਆਂ ਨੂੰ ਚਿੰਤਾ ਹੁੰਦੀ ਹੈ। ਮੈਂ ਸਵੇਰੇ 5 ਵਜੇ ਤੋਂ ਲੈ ਕੇ ਰਾਤ ਦੇ 10-11 ਵਜੇ ਤੱਕ ਲੋਕਾਂ ਦੀ ਡਿਸਪੋਜ਼ਲ 'ਤੇ ਹੁੰਦਾ ਹੈ ਜੀ ਜੀ ਜੀ, ਰੋਜ਼ 1000 ਬੰਦਿਆਂ ਨੂੰ ਮਿਲਦੇ, ਸੈਂਕੜੇ ਬੰਦੇ ਮਿਲਦੇ ਵੀ ਹਾਂ ਜੀ ਜੀ, ਲੇਕਿਨ ਕੰਮ ਵੀ ਕਰਦੇ ਹਾਂ, ਪਰ ਮੈਂ ਉਸ ਵਹਿਗੁਰੂ ਅੱਗੇ ਇਹ ਵੀ ਅਰਦਾਸ ਕਰਦਾ ਕਿ ਇਹ ਸਾਨੂੰ ਸਮਰੱਥ ਬਖਸ਼ੇ, ਤਾਕਤ ਬਖਸ਼ੇ ਕਿ ਅਸੀਂ ਇਹ ਹੋਰ ਕਰੀਏ, ਲੋਕਾਂ ਜਿਹੜਿਆਂ ਨੇ ਇਹ ਗਲਤ ਕੰਮ ਕਰ ਰਹੇ ਨੇ, ਜਿਹੜੇ ਗਮਰਾਹਾਂ ਨੂੰ ਪ੍ਰਚਾਰ, ਉਹਨਾਂ ਸਮਰੱਥ ਜ਼ਰੂਰ ਬਖਸ਼ ਦੇ। ਬਿਲਕੁਲ ਸਹੀ, ਸਰਦਾਰ ਬਲਵੀਰ ਸਿੰਘ ਜੀ ਤੁਸੀਂ ਆਏ ਅਤੇ ਇੰਨੀਆਂ ਡਿਟੇਲ 'ਚ ਸਾਰੀਆਂ ਗੱਲਾਂ ਸਾਂਝੀਆਂ ਕੀਤੀਆਂ, ਤੁਹਾਡਾ ਬਹੁਤ ਧੰਨਵਾਦ। ਥੈਂਕ ਯੂ, ਮਿਹਰਬਾਨੀ। ਅਤੇ ਮੈਂ ਇਸ ਦੇ ਨਾਲ ਹੀ ਆਪ ਜੀ ਨੂੰ ਬੇਨਤੀ ਕਰੂੰਗਾ ਕਿ ਇਸ ਪ੍ਰੋਗਰਾਮ ਦੇ ਵਿੱਚੋਂ ਜਿਹੜੀਆਂ ਵੀ ਗੱਲਾਂ ਸ਼ਾਇਦ ਪਹਿਲਾਂ ਬਹੁਤ ਸਾਰੀਆਂ ਤੁਹਾਨੂੰ ਨਾ ਪਤਾ ਹੋਣ, ਜੇ ਪਤਾ ਲੱਗੀਆਂ ਨੇ ਤਾਂ ਜ਼ਰੂਰ ਇਹਨਾਂ ਦਾ ਖਿਆਲ ਰੱਖਣਾ। ਜਿਹੜਾ ਮੰਤਰੀ ਸਾਹਿਬ ਨੇ ਕਹੀ ਗੱਲ ਕਿ ਜਿਹੜੀਆਂ ਆਪਾਂ ਅਫਵਾਹਾਂ ਵਾਲਾ ਕੰਮ ਕਰਦੇ ਹਾਂ, ਅਸੀਂ ਤੁਹਾਨੂੰ ਆਲਰੇਡੀ ਬੇਨਤੀ ਕਰਦੇ ਰਹਿੰਦੇ ਹਾਂ ਕਿ ਆਪਾਂ ਕਈ ਵਾਰ ਵਟਸਐਪ 'ਤੇ ਮੈਸੇਜ ਆਉਂਦਾ ਅਤੇ ਇੱਕ ਵਾਰ ਸੁਣਦੇ ਹਾਂ, ਪੜ੍ਹਦੇ ਹਾਂ ਅਤੇ 10 ਬੰਦਿਆਂ ਨੂੰ ਫਾਰਵਰਡ ਕਰ ਦਿੰਦੇ ਹਾਂ, ਉਹ ਕੰਮ ਆਪਾਂ ਨਾ ਕਰੀਏ, ਕਿਉਂਕਿ ਇਹਦੇ ਨਾਲ ਜਿਹੜਾ ਪੈਨਿਕੀ ਹੁੰਦੀ ਹੈ ਉਹਦੇ ਨਾਲ ਨੁਕਸਾਨ ਹੁੰਦਾ। ਸੋ ਆਸ ਕਰਦੇ ਹਾਂ ਵੀ ਇਹਨਾਂ ਗੱਲਾਂ ਬਾਤਾਂ 'ਚੋਂ ਕਾਫੀ ਕੁਝ ਤੁਹਾਨੂੰ ਲੱਭਿਆ ਹੋਣਾ, ਆਪਣੀ ਫੀਡਬੈਕ ਸਾਡੇ ਤੱਕ ਪਹੁੰਚਾਉਂਦੇ ਰਹਿਣਾ। ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ ਤੁਹਾਡੇ ਲਈ।